ਧਾਰਮਿਕ, ਸਮਾਜਿਕ, ਨੀਤਿਕ ਅਤੇ ਖੇਡਾਂ ਦੇ ਹਰ ਪ੍ਰਕਾਰ ਦੇ ਪ੍ਰੋਗਰਾਮ ਪੂਰੀ ਦੁਨੀਆ ਦੇ ਵਿੱਚ ਪ੍ਰਸਾਰਿਤ ਕਰਨ ਵਾਸਤੇ HD ਕੁਆਲਿਟੀ ਦੇ ਨਾਲ ਆਪ ਜੀ ਦੀ ਸੇਵਾ ਹੈ AwazeCom TV। ਅੱਜ ਹੀ ਸੰਪਰਕ ਕਰੋ AwazeCom TV, ਆਪਣੇ ਇਲਾਕੇ ਦੇ ਪਿੰਡਾਂ ਸ਼ਹਿਰਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ, ਨਿਹਚਲ ਰਾਜ ਕਮਾਓ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ, ਨਿਹਚਲ ਰਾਜ ਕਮਾਓ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਆਪਦਾ ਭਈ ਬਤੀਤ। ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਜਨ ਥਾਕੇ, ਕਰ ਮੰਗਲ ਵਜ ਹੈ ਨਿਤ ਵਾਜੇ, ਆਪਣਾ ਖਸਮ ਨਿਵਾਜੇ। ਅਸਥਿਰ ਰਹੋ ਡੋਲੋ ਮਤ ਕਾਬੂ, ਗੁਰ ਕਾ ਬਚਨ ਆਧਾਰ। ਜੈ ਜੈਕਾਰ ਸਗਲ ਭੂ ਮੰਡਲ, ਮੁਖ ਉਜਲ ਦਰਬਾਰ। ਜਿਨ ਕੇ ਜੀਵ ਤਿਨਾਹੀ ਫੇਰੇ, ਆਪੇ ਭਇਆ ਸਹਾਈ। ਅਚਰਜ ਕੀਆ ਕਰਣਾ ਹਾਰਾ, ਨਾਨਕ ਸੱਚ ਵਡਿਆਈ। ਜਿਨ ਕੇ ਜੀਵ ਤਿਨਾਹੀ ਫੇਰੇ, ਆਪੇ ਭਇਆ ਸਹਾਈ। ਅਚਰਜ ਕੀਆ ਕਰਣਾ ਹਾਰਾ,
ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਛਲ, ਕਿਰਪਾ ਦੇ ਖਜ਼ਾਨੇ, ਕਰਨ ਨਿਧਾਨ, ਸਤਿਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਜੁੜੇ ਹੋਏ ਗੁਰੂ ਕੇ ਸਿੱਖੋ, ਸਤਿਗੁਰੂ ਜੀ ਨੇ ਇਹ ਮਹਾਨ ਬਖਸ਼ਿਸ਼ ਆਪਣੇ 'ਤੇ ਕੀਤੀ ਹੈ ਕਿ ਅਸੀਂ ਸਤਿਗੁਰੂ ਜੀ ਦੇ ਪਾਵਨ ਸਥਾਨ 'ਤੇ ਦਰਸ਼ਨ ਦੀਦਾਰੇ ਕਰ ਸਕੀਏ, ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਸਕੀਏ। ਇਹ ਸਤਿਗੁਰੂ ਦੀ ਮਿਹਰ ਹੋਈ, ਕਿਰਪਾ ਹੋਈ। ਡਿੱਠੇ ਸੱਭੇ ਥਾਪ ਨਹੀਂ ਤੁਧ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਇਸ ਪਵਿੱਤਰ ਸਥਾਨ 'ਤੇ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਸਨਾਨਾ, ਗੁਰਪੂਰੈ ਕੀ ਨਿਦਾਨਾ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਭਰੇ, ਜਿੱਥੇ ਅੰਮ੍ਰਿਤ ਸਰੋਵਰ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦਾ ਭਰਿਆ ਹੋਇਆ। ਸਤਿਸੰਗ ਜੀ, ਜਿੱਥੇ ਮਾਨਸਿਕ ਤੌਰ 'ਤੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਅਨੇਕਾਂ ਹੀ ਜਿਹੜੇ ਰੋਗ ਹਨ ਉਹ ਦੂਰ ਹੁੰਦੇ ਹਨ, ਇਸੇ ਤਰ੍ਹਾਂ ਸਰੀਰਕ ਤੌਰ 'ਤੇ ਵੀ ਮਹਾਰਾਜ ਤੰਦਰੁਸਤੀਆਂ ਬਖਸ਼ਦੇ ਨੇ, ਕੂੜਿਆਂ ਵਰਗੇ ਰੋਗ ਦੂਰ ਕਰ ਦਿੰਦੇ ਹਨ। ਐਸੀ ਬਖਸ਼ਿਸ਼ ਹੈ ਮਹਾਰਾਜ ਦੀ। ਸੋ ਇਸ ਪਾਵਨ ਸਥਾਨ 'ਤੇ ਜਿੰਨੀਆਂ ਵੀ ਗੁਰੂ ਕੀ ਸਿੱਖ ਸੰਗਤਾਂ, ਕਿਉਂਕਿ ਜਦੋਂ ਵੀ ਆਪਾਂ ਅਰਦਾਸ ਕਰਦੇ ਹਾਂ ਨਾ, ਗੁਰੂ ਘਰ ਸਿੱਖ ਹੀ ਚਿਤਵਨੀ ਰੱਖਦਾ, ਮਨ ਵਿੱਚ ਇੱਛਾ ਰੱਖਦਾ ਹੈ, ਆਸਾ ਰੱਖਦਾ ਹੈ ਕਿ ਸਤਿਗੁਰੂ ਜੀ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਬਖਸ਼ਣੇ ਹਨ। ਮਹਾਰਾਜ ਕਿਰਪਾ ਕਰਦੇ ਹਨ ਗੁਰੂ ਕੇ ਸਿੱਖਾਂ ਦੇ ਉੱਪਰ, ਗੁਰੂ ਕੇ ਸ਼ਰਧਾਲੂਆਂ ਦੇ ਉੱਪਰ, ਫਿਰ ਇਹ ਸੁਭਾਗ ਬਖਸ਼ ਦਿੰਦੇ ਹਨ। ਇਹ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ, ਸੋ ਇਸ ਤੋਂ ਪੂਰਾ ਪੂਰਾ ਲਾਭ ਲੈਣਾ ਚਾਹੀਦਾ। ਜੇ ਇੱਥੇ ਆ ਕੇ ਆਪਾਂ ਮੋਬਾਈਲ ਦੇ ਉੱਪਰ ਫੋਟੋਆਂ ਖਿੱਚਦੇ ਰਹੇ, ਵਟਸਐਪ 'ਤੇ ਲੱਗੇ ਰਹੇ, ਜਾਂ ਸਾਧਸੰਗ ਜੀ ਉਹੀ ਘਰੇਲੂ ਗੱਲਾਂ ਕਰਦੇ ਰਹੇ, ਸਮਾਂ ਇਸੇ ਪਾਸੇ ਲੰਘਾ ਦਿੱਤਾ, ਫਿਰ ਐਡੀਆਂ ਵੱਡੀਆਂ ਬਖਸ਼ਿਆਂ ਗੁਰੂ ਸਾਹਿਬ ਨੇ ਇਸ ਸਮੇਂ ਦੀਆਂ ਕੀਤੀਆਂ ਹਨ, ਇਸ ਸਮੇਂ ਨੂੰ ਸਫਲਾ ਕਰਨਾ ਚਾਹੀਦਾ। ਸਮਾਂ ਮਿਲੇ ਕੀਰਤਨ ਸੁਣੋ, ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ, ਵਾਹਿਗੁਰੂ ਦਾ ਜਾਪ ਕਰੋ, ਇਸ਼ਨਾਨ ਕਰੋ, ਸਤਸੰਗਤ ਵਿੱਚ ਸੇਵਾ ਕਰੋ, ਲੰਗਰ ਵਰਤਾਓ, ਸਤਸੰਗ ਜੀ ਇਹ ਸਾਰਾ ਹੀ ਸਮਾਂ ਸਫਲਾ ਹੋਵੇਗਾ। ਸੋ ਆਓ, ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਜੋ ਅੰਮ੍ਰਿਤ ਵੇਲੇ ਸੱਚਖੰਡ ਤੋਂ ਮਹਾਰਾਜ ਨੇ ਹੁਕਮਨਾਮੇ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੁਖ ਵਾਕ ਭੇਜੇ ਹਨ, ਉਸ ਦੀ ਕਥਾ ਵਿਚਾਰ ਹੋਣੀ। ਹੁਣ ਤੱਕ ਸੰਗਤਾਂ ਨੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸੁਣਿਆ, ਲਾਭ ਪ੍ਰਾਪਤ ਕੀਤਾ ਹੈ। ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਰਾਗੀ ਜੱਥੇ ਨੇ ਬਹੁਤ ਹੀ ਪ੍ਰੇਮ ਸ਼ਰਧਾ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਕੀਤਾ ਹੈ। ਸੋ ਸੰਗਤਾਂ ਨੇ ਇਸ ਕੀਰਤਨ ਤੋਂ ਬੇਅੰਤ ਲਾਹੇ ਲਏ ਹਨ, ਕਿਉਂਕਿ ਇਹ ਕਲਯੁੱਗ ਦਾ ਇੱਕ ਸਾਧਨ ਹੈ ਜੋ ਕੀਰਤਨ ਹੈ। ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਬਾਕੀ ਸਾਧਨਾਂ ਦਾ ਪ੍ਰਧਾਨ ਸਾਧਨ ਹੈ ਇਹ। ਇਸ ਵਾਸਤੇ ਭਾਈ, ਸਤਿਗੁਰੂ ਦੀ ਬਾਣੀ ਦਾ ਕੀਰਤਨ ਬਹੁਤ ਸ਼ਰਧਾ ਭਾਵਨਾ ਨਾਲ ਚਿੱਤ ਜੋੜ ਕੇ ਸੁਣਨਾ ਚਾਹੀਦਾ, ਉਹ ਬਖਸ਼ਿਸ਼ਾਂ ਕੀਤੀਆਂ ਹਨ। ਸੋ ਹੁਣ ਆਓ, ਕਥਾ ਦਾ ਸਮਾਂ ਆਇਆ ਜੋ ਨੇਤਾ ਪਰਤੀ ਇਸ ਪਾਵਨ ਸਥਾਨ
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ, ਇਹ ਜੋ ਰੀਤ ਮਰਜ਼ਾਦਾ ਹੈ ਉਹ ਚੱਲ ਰਹੀ ਹੈ। ਸੁਨੇਤਾ ਪ੍ਰਤੀ ਕਥਾ ਹੁੰਦੀ ਹੈ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਜੋ ਸ੍ਰੀਮੁਖ ਵਾਕ ਭੇਜੇ ਹਨ, ਇਸ ਦੀ ਮੁੱਢਲੀ ਉਥਾਨਕਾ ਹੈ ਕਿ ਜਦੋਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਸਥਾਨ 'ਤੇ ਸੰਗਤਾਂ ਨੂੰ ਉਪਦੇਸ਼ ਬਖਸ਼ ਰਹੇ ਸਨ, ਅਤੇ ਦੂਰ ਦੁਰਾਡਿਆਂ ਤੋਂ ਵੀ ਸੰਗਤਾਂ ਆ ਕੇ ਨਿਮਰਤਾ ਸਹਿਤ ਬੇਨਤੀਆਂ ਕਰ ਰਹੀਆਂ ਸਨ ਕਿ ਮਹਾਰਾਜ ਜੀ ਸਾਡੇ ਇਲਾਕੇ ਵਿੱਚ ਵੀ ਆਪ ਜੀ ਜਾਓ, ਆਪ ਜੀ ਚਰਨ ਪਾਓ, ਸੰਗਤਾਂ ਨੂੰ ਉਪਦੇਸ਼ ਬਖਸ਼ੋ, ਅਕਾਲ ਪੁਰਖ ਵਾਹਿਗੁਰੂ ਨਾਲ ਜੋੜੋ, ਭਰਮ ਭੁਲੇਖਿਆਂ ਦੇ ਵਹਿਮ ਕੱਢੋ। ਮਹਾਰਾਜ ਇਸ ਦੀਆਂ ਅਰਦਾਸਾਂ ਗੁਰੂ ਕੀਆਂ ਸੰਗਤਾਂ ਦੂਰਾਂ ਦਰੇਡਿਆਂ ਤੋਂ ਆ ਕੇ ਕਰ ਰਹੀਆਂ ਸਨ। ਅਤੇ ਇੱਥੇ ਨਾਲ ਹੀ ਪ੍ਰਿਥੀ ਚੰਦ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭਾਈ ਸੀ ਵੱਡਾ, ਸੋ ਉਹ ਵੀ ਸਾਧ ਸੰਗਤ ਇਸੇ ਤਰ੍ਹਾਂ ਈਰਖਾ ਕਰਦਾ ਸੀ ਕਿ ਜੋ ਉਹਦੀ ਕਿਉਂਕਿ ਦੁਨਿਆਵੀ ਦ੍ਰਿਸ਼ਟੀ ਸੀ, ਜੋ ਚੜ੍ਹਾਵਾ ਆਵੇ ਉਹ ਮੈਨੂੰ ਮਿਲੇ, ਜੋ ਪਦਾਰਥ ਆਉਣ ਉਹ ਮੈਨੂੰ ਮਿਲਣ, ਜੋ ਸਿੱਖ ਸੰਗਤਾਂ ਆਉਂਦੀਆਂ ਹਨ ਉਹ ਮੇਰੇ ਕੋਲ ਹੀ ਆਉਣ, ਇਸ ਤਰ੍ਹਾਂ ਦੀ ਉਹਦੀ ਬਿਰਤੀ ਸੀ। ਤਾਂ ਸਤਿਗੁਰੂ ਪਾਤਸ਼ਾਹ ਜੀ ਤਾਂ ਬੇਪਰਵਾਹ ਸਨ ਭਾਈ, ਸਤਿਗੁਰੂ ਨਨਕਾਣਾ ਸਾਹਿਬ ਦੀਆਂ ਸਿੱਖ ਸੰਗਤਾਂ ਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਨਨਕਾਣਾ ਸਾਹਿਬ ਚਲੇ ਗਏ। ਅਤੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੋ ਹਲੇ ਬਾਲਕ ਅਵਸਥਾ ਵਿੱਚ ਹਨ, ਅਤੇ ਗੁਰੂ ਕੇ ਮਹਿਲ ਮਾਤਾ ਗੰਗਾ ਜੀ, ਉਹਨਾਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ, ਹੁਕਮ ਕੀਤਾ ਕਿ ਤੁਸੀਂ ਮਾਓ ਸਾਹਿਬ ਚਲੇ ਜਾਓ। ਮਾਓ ਪਿੰਡ ਜੋ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਨਕੇ ਪਿੰਡ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੂੰ ਬਾਲਕ ਅਵਸਥਾ ਵਿੱਚ ਸਤਿਕਾਰਯੋਗ ਧੰਨ ਮਾਤਾ ਗੰਗਾ ਜੀ ਲੈ ਕੇ ਮਾਓ ਪਿੰਡ ਚਲੇ ਗਏ, ਅਤੇ ਇੱਥੇ ਜਿੱਥੇ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਅਤੇ ਨਨਕਾਣਾ ਸਾਹਿਬ ਗਏ ਹੋਏ ਨੇ, ਉੱਧਰ ਸੰਗਤਾਂ ਨੂੰ ਤਾਰ ਰਹੇ ਹਨ, ਸੰਗਤਾਂ ਦਾ ਵਜ਼ੀਰ ਉੱਧਰ ਨੂੰ ਜਾਣ ਲੱਗ ਪਿਆ। ਸੋ ਪ੍ਰਿਥੀਆ ਇੱਥੇ ਬੈਠਾ ਬੈਠਾ ਨਿਰਾਸ਼ ਹੋ ਗਿਆ ਕਿ ਮੈਂ ਜਿਸ ਕਾਰਜ ਲਈ ਬੈਠਾ ਸੀ, ਸੰਗਤਾਂ ਤਾਂ ਹੁਣ ਇੱਥੋਂ ਉੱਧਰਲੇ ਪਾਸੇ ਨੂੰ ਜਾਣ ਲੱਗ ਪਈਆਂ। ਇਸ ਤਰ੍ਹਾਂ ਕੋਠਾ ਪਿੰਡ ਸਾਧ ਸੰਗਤ ਉੱਥੇ ਜਾ ਕੇ ਨਿਵਾਸ ਕਰ ਲਿਆ, ਅੰਮ੍ਰਿਤਸਰ ਸਾਹਿਬ ਤੋਂ ਚਲਿਆ ਹੀ ਗਿਆ ਕਿ ਰਸਤੇ ਵਿੱਚ ਜਿਹੜੀਆਂ ਸੰਗਤਾਂ ਭਾਵੇਂ ਇੱਧਰੋਂ ਜਾਣ ਅਤੇ ਭਾਵੇਂ ਉੱਧਰੋਂ ਪਿਸ਼ੌਰ ਤੋਂ ਪਿਸ਼ਾਵਰ ਤੋਂ ਅੱਗੋਂ ਆਉਣ, ਉਹਨਾਂ ਨੂੰ ਮੈਂ ਰਸਤੇ ਵਿੱਚ ਰੋਕ ਕੇ ਉਹਨਾਂ ਤੋਂ ਵੀ ਮਾਲ ਸਵਾਬ ਲੈ ਲਿਆ ਕਰਾਂ। ਮੈਂ ਕਹਾਂ ਕਿ ਮੈਂ ਹੀ ਵੱਡਾ ਸਪੁੱਤਰ ਹਾਂ, ਮੇਰਾ ਹੀ ਹੱਕ ਬਣਦਾ, ਕਿਉਂਕਿ ਉਹਦੇ ਪਦਾਰਥਾਂ ਦੇ ਉੱਪਰ ਹੱਕ ਜਿਤਾਉਣਾ ਚਾਹੁੰਦਾ ਸੀ। ਸਤਿਗੁਰੂ ਪਾਤਸ਼ਾਹ ਜੀ ਆਪ ਬੇਪਰਵਾਹ ਚਲੇ ਗਏ। ਜਦੋਂ ਸਮਾਂ ਬੀਤਿਆ, ਕਿੰਨੇ ਸਮੇਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਵਾਪਸ ਪਰਤੇ ਅਤੇ ਸੰਗਤਾਂ ਫਿਰ ਇੱਥੇ ਰੌਣਕਾਂ ਲੱਗੀਆਂ। ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਭੇਜਿਆ ਬਾਲਕ ਹਰਗੋਬਿੰਦ ਨੂੰ ਅਤੇ ਮਾਤਾ ਗੁਰੂ ਕੇ ਮਹਿਲ ਮਾਤਾ ਗੰਗਾ ਜੀ ਨੂੰ ਕਿ ਤੁਸੀਂ ਵਾਪਸ ਅੰਮ੍ਰਿਤਸਰ ਸਾਹਿਬ ਆ ਜਾਓ। ਇੱਥੇ ਹੁਣ ਸਤਿਗੁਰੂ ਪਾਤਸ਼ਾਹ ਜੀ ਆਪ ਹੁਕਮ ਭੇਜ ਰਹੇ ਹਨ ਅਤੇ ਹਾਲਾਤ ਵੀ ਦੱਸ ਰਹੇ ਹਨ। ਅੰਤਰੀਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਗੁਰੂ ਕੀ ਬਾਣੀ ਸਰਬ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਸਰਬ ਜੀਆਂ ਦੀ ਕਲਿਆਣਕਾਰੀ ਬਾਣੀ ਸਿਰਜੀ ਹੈ, ਉਹ ਵੀ ਮਹਾਰਾਜ ਦੀ ਕਿਰਪਾ ਨਾਲ ਅਰਥ ਕਰਾਂਗੇ। ਪਹਿਲਾਂ ਆਓ, ਜੋ ਉਪਦੇਸ਼ ਲਿਖ ਕੇ, ਜੋ ਹੁਕਮ ਲਿਖ ਕੇ ਭੇਜਿਆ ਹੈ ਕਿ ਤੁਸੀਂ ਵਾਪਸ ਅੰਮ੍ਰਿਤਸਰ ਸਾਹਿਬ ਆ ਜਾਓ,
ਮਾਓ ਪਿੰਡ ਤੋਂ ਤੁਸੀਂ ਇੱਥੇ ਪਹੁੰਚਣਾ ਕਰੋ, ਉਹ ਸਤਿਗੁਰੂ ਜੀ ਕਿਰਪਾ ਕਰਦੇ ਹਨ। ਆਓ ਪ੍ਰੇਮ ਸ਼ਰਧਾ ਭਾਵਨਾ ਨਾਲ ਸੁਣਨ ਵਾਸਤੇ ਸਾਰੀਆਂ ਸੰਗਤਾਂ ਮਨ ਵਰਤੀਆਂ ਕਾਦਰ ਕਰੋ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ, ਜਿਨ ਤੁਮ ਭੇਜੇ ਤਿਨਹੇ ਬੁਲਾਏ। ਧਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਇਹ ਹੁਕਮ ਲਿਖ ਕੇ ਭੇਜ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਦਾ ਕਿੱਡਾ ਵੱਡਾ ਉੱਤਮ ਤਰੀਕਾ ਹੈ, ਸੋ ਜਿਨ ਤੋਂ ਭੇਜੇ ਤਿਨਾਂ ਬੁਲਾਏ, ਜਿਨ੍ਹਾਂ ਨੇ ਭਾਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਨ ਕਰਦੇ ਨੇ, ਜਿਨ੍ਹਾਂ ਨੇ ਤੁਹਾਨੂੰ ਭੇਜਿਆ ਹੈ, ਉਹ ਤੁਹਾਨੂੰ ਬੁਲਾਵਾ ਦੇ ਰਹੇ ਹਨ। ਸੁਖ ਸਹਿਜ ਸੇਤੀ ਘਰ ਆਓ। ਹੁਣ ਤੁਸੀਂ ਸੁਖ ਦੇ ਸਹਿਤ ਘਰ ਅੰਮ੍ਰਿਤਸਰ ਸਾਹਿਬ ਵਿਖੇ ਆਉਣਾ ਕਰੋ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ। ਹੁਣ ਤੁਸੀਂ ਆਨੰਦ ਦੇ ਸਹਿਤ ਬਾਣ ਦੀਆਂ ਧੁਨਾ ਚਾਲ ਕੇ ਕੀਰਤਨ ਦਾ ਆਨੰਦ ਲਓ। ਨਿਹਚਲ ਰਾਜ ਕਮਾਓ। ਹੁਣ ਤੁਸੀਂ ਨਿਹਚਲ ਰਾਜ ਕਮਾਉਣਾ ਕਰੋ, ਗੁਰੂ ਕੀਆਂ ਸਿੱਖ ਸੰਗਤਾਂ ਨਾਲ ਮਿਲ ਕੇ। ਤੁਮ ਕਾਏ ਆਵੋ ਮੇਰੇ ਮੀਤ। ਤੁਸੀਂ ਹੁਣ ਆਪਣੇ ਘਰ ਆਉਣਾ ਕਰੋ। ਇਹ ਮਿੱਤਰੋ, ਸਤਿਗੁਰੂ ਪਾਤਸ਼ਾਹ ਜੀ ਉੱਤਮ ਭਗਤ ਹਨ, ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਪੁੱਤਰ ਸਾਹਿਬਜ਼ਾਦੇ ਹਨ, ਪਰ ਕਿੱਡਾ ਸੁੰਦਰ ਉਪਦੇਸ਼ ਲਿਖ ਰਹੇ ਹਨ ਕਿ ਮਿੱਤਰੋ ਤੁਸੀਂ ਆਓ ਗੁਰੂ ਕੇ ਘਰ ਵਿੱਚ। ਤੁਮਰੇ ਦੋਖੀ ਹਰ ਆਪ ਨਿਵਾਰੇ। ਤੁਹਾਡੇ ਜਿਹੜੇ ਦੋਖੀ ਸਨ, ਦੁਸ਼ਮਣ ਸਨ ਪਿਰਥੀ ਵਰਗੇ, ਉਹਨਾਂ ਦੀ ਉਲਟੀ ਬਿਰਤੀ ਆਪ ਹੀ ਨਿਵਿਰਤ ਕਰ ਦਿੱਤੀ ਹੈ ਅਕਾਲ ਪੁਰਖ ਨੇ। ਆਪਦਾ ਭਈ ਬਤੀਤ। ਵਾਸਤੇ ਜਿਹੜਾ ਝਗੜਾ ਖੜਾ ਕੀਤਾ ਸੀ ਪਿਰਥੀ ਨੇ, ਉਹ ਬੀਤ ਚੁੱਕਾ ਹੈ, ਦੂਰ ਹੋ ਗਿਆ ਹੈ। ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਕਰਨ ਹਾਰ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਗਟ ਕਰ ਦਿੱਤੀ ਹੈ ਅਸਲੀਅਤ। ਨਾਸਨ ਭਾਜਨ ਥਾਕੇ। ਇਸ ਕਰਕੇ ਹਰ ਤਰ੍ਹਾਂ ਦੀ ਦੌੜ ਭੱਜ ਜਿਹੜੀ ਹੈ ਉਹ ਨਸ ਖਤਮ ਹੋ ਚੁੱਕੀ ਹੈ। ਘਰ ਮੰਗਲ ਵਾਜ ਹੈ ਨਿਤ ਵਾਜੇ। ਤੁਸੀਂ ਆ ਕੇ ਦੇਖੋ ਕਿ ਇੱਥੇ ਗੁਰੂ ਘਰ ਦੇ ਵਿੱਚ ਤਾਂ ਆਨੰਦ ਦੇ ਸਹਿਤ ਬਾਣੀ ਦੀਆਂ ਧੁਨਾਂ ਦੇ ਵਾਜੇ ਵੱਜਦੇ ਹਨ। ਆਪਣੇ ਖਸਮ ਨਿਵਾਜੇ। ਆਪਣੇ ਖਸਮ ਮਾਲਕ ਨੇ ਸਾਰੀਆਂ ਸੰਗਤਾਂ ਨੂੰ, ਗੁਰਕੀਆਂ ਸਿੱਖ ਸੰਗਤਾਂ ਨੂੰ ਤੇ ਇਸ ਘਰ ਨੂੰ ਨਵਾਜਿਆ ਬਖਸ਼ਿਆ ਹੈ। ਅਸਥਿਰ ਰਹੋ ਡੋਲੋ ਮਤ ਕਾਬੂ। ਇਸ ਕਰਕੇ ਅਸਥਿਰ ਰਹੋ, ਅਡੋਲ ਰਹੋ, ਟਿਕੋ ਆਪਣੀ ਅੰਤਰਾਤਮਾ ਦੇ ਵਿੱਚ, ਹਿਰਦੇ ਦੇ ਵਿੱਚ ਟਿਕਾ ਰੱਖੋ, ਕਦੇ ਵਾਸਤੇ ਵੀ ਡੋਲਣਾ ਨਹੀਂ ਹੈ। ਗੁਰ ਕੈ ਬਚਨ ਆਧਾਰ। ਗੁਰੂ ਕੀ ਬਾਣੀ ਦੇ ਆਸਰੇ ਹਮੇਸ਼ਾ ਰਹਿਣਾ ਹੈ। ਜੈ ਜੈਕਾਰ ਸਗਲ ਭੂ ਮੰਡਲ। ਇਹ ਜਿਹੜੀ ਗੁਰਬਾਣੀ ਹੈ, ਧੁਰਕੀ ਬਾਣੀ, ਆਈ ਤਿੰਨ ਸਗਲੀ ਚਿੰਤ ਮਿਟਾਏ, ਜਿਹੜਾ ਵੀ ਬਾਣੀ ਪੜ੍ਹੇਗਾ, ਬਾਣੀ ਨਾਲ ਚਿੱਤ ਜੋੜੇਗਾ, ਉਹਦੀ ਜੈ ਜੈਕਾਰ ਸਾਰੇ ਮੰਡਲਾਂ ਦੇ ਵਿੱਚ ਹੋਵੇਗੀ। ਮੁਖ ਉਜਲ ਦਰਬਾਰ। ਇਸ ਦਰਬਾਰ ਵਿੱਚ ਹਰਿਮੰਦਰ ਸਾਹਿਬ ਵੀ, ਗੁਰੂ ਕੇ ਦਰ ਤੇ ਵੀ ਉਜਲੇ ਮੁਖ ਹੋਣਗੇ। ਜਿਨਕੇ ਜੀਵ ਤਿਨਾ ਹੀ ਫੇਰੇ। ਭਾਈ ਜਿਨ੍ਹਾਂ ਨੇ ਇਹ ਜੀਵ ਪੈਦਾ ਕੀਤੇ ਹਨ ਸੰਸਾਰ ਵਿੱਚ, ਉਹਨਾਂ ਦੀਆਂ ਬਿਰਤੀਆਂ, ਉਹਨਾਂ ਦੀ ਸੋਚ ਆਪ ਹੀ
ਅਕਾਲ ਪੁਰਖ ਵਾਹਿਗੁਰੂ ਨੇ ਬਦਲ ਦਿੱਤੀ ਹੈ। ਆਪੇ ਭਇਆ ਸਹਾਈ, ਉਸਨੇ ਆਪ ਹੀ ਇਹ ਸਹਾਇਤਾ ਕੀਤੀ ਹੈ। ਜਿਹੜੀ ਦੁਸ਼ਮਣ ਤਾਈ ਮਨ ਵਿੱਚ ਰੱਖਦੇ ਸਨ ਉਹ ਖਤਮ ਕਰ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ, ਐਸੀ ਬਿਰਤੀ ਘੁਮਾ ਦਿੱਤੀ, ਆਪ ਹੀ ਵਾਹਿਗੁਰੂ ਨੇ ਇਹ ਸਹਾਇਤਾ ਕੀਤੀ ਹੈ। ਅਚਰਜ ਕੀਆ ਕਰਨ ਹਾਰ, ਉਸ ਕਰਨ ਹਾਰ ਅਕਾਲ ਪੁਰਖ ਵਾਹਿਗੁਰੂ ਨੇ ਜੋ ਸਰਬ ਕਲਾ ਸਮਰੱਥ ਹੈ ਉਸ ਨੇ ਇਹ ਅਚਰਜਤਾ ਦੁਨੀਆਂ ਵਿੱਚ ਪ੍ਰਗਟਾ ਦਿੱਤੇ। ਨਾਨਕ ਸੱਚ ਵਡਿਆਈ, ਇਹ ਕਹਿੰਦੇ ਭਾਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਅਪਰ ਅਪਾਰ ਵਡਿਆਈ ਹੈ। ਫਿਰ ਮੁੜ ਤੋਂ ਪੜੋ ਜੀ, ਜਿਨ ਤੁਮ ਭੇਜੇ ਤਿਨਹਿ ਬੁਲਾਏ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਰਬ ਜੀਆਂ ਵਾਸਤੇ ਮਹਾਰਾਜ ਜੀ ਇਹ ਬਾਣੀ ਬਖਸ਼ਿਸ਼ ਕਰ ਰਹੇ ਹਨ। ਪਹਿਲਾਂ ਤਾਂ ਅਸੀਂ ਇਹ ਹੁਕਮ ਭੇਜਿਆ ਸੀ ਅਤੇ ਹੁਣ ਆਪਾਂ ਸਭ ਨੂੰ ਗੁਰੂ ਕੇ ਸਿੱਖ ਸੰਗਤਾਂ ਨੂੰ ਸਰਬ ਜੀਆਂ ਨੂੰ ਸੰਬੋਧਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਜਿਨ ਤੋਂ ਭੇਜੇ ਤਿਨੈ ਬੁਲਾਏ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਆਪਾਂ ਨੂੰ ਇਸ ਮਾਤਲੋਕ ਦੇ ਵਿੱਚ ਭੇਜਿਆ, ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਅਕਾਲ ਪੁਰਖ ਦਾ ਬੁਲਾਵਾ ਕੀ ਹੈ? ਸੁਖ ਸਹਿਜ ਸੇਤੀ ਘਰ ਆਓ, ਭਾਈ ਟਿਕਾ ਕਰੋ ਆਪਣੇ ਅੰਤਸ਼ਕਰਨ ਸ਼ੁੱਧ ਹਿਰਦੇ ਵਿੱਚ, ਉਹਦੇ ਵਿੱਚ ਟਿਕਣਾ ਕਰੋ। ਉਹਦੇ ਵਿੱਚ ਕਿਵੇਂ ਟਿਕਿਆ ਜਾਵੇਗਾ? ਸਤਿਗੁਰੂ ਜੀ ਕਿਰਪਾ ਕਰਦੇ ਹਨ, ਆਨੰਦ ਮੰਗਲ ਗੁਣ ਗਾਓ ਸਹਿਜ ਧੁਨ। ਕਹਿੰਦੇ ਭਾਈ ਸਹਿਜ ਅਵਸਥਾ ਦੇ ਵਿੱਚ ਆਨੰਦ ਦੇ ਸਹਿਤ ਸਤਿਗੁਰੂ ਜੀ ਦੀ ਬਾਣੀ ਦੇ ਮੰਗਲ ਗਾਓ, ਭਾਵ ਗੁਰੂ ਕੀ ਬਾਣੀ ਟਿਕਾ ਕੇ ਪੜ੍ਹਨੀ ਕਰੋ, ਲਗਾ ਦੇ ਨਾਲ ਪੜ੍ਹਨੀ ਕਰੋ। ਨਿਹਚਲ ਰਾਜ ਕਮਾਓ, ਇਹ ਭਾਈ ਦੁਨੀਆਂ ਦੇ ਰਾਜੇ, ਦੁਨੀਆਂ ਦੇ ਰਜਵਾੜੇ ਇਹ ਕੀ ਚੀਜ਼ ਹਨ? ਜਿਵੇਂ ਭਗਤ ਕਬੀਰ ਜੀ ਫਰਮਾਉਂਦੇ ਹਨ, ਅਬ ਤੋਂ ਜਾਇ ਚੜ੍ਹਿਆ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰ ਆਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਉਹ ਅਸਲ ਰਾਜ ਹੈ ਜਿਹੜਾ ਕਦੇ ਮਿਟਣ ਵਾਲਾ ਨਹੀਂ, ਡੋਲਣ ਵਾਲਾ ਨਹੀਂ, ਕਦੇ ਖਤਮ ਹੋਣ ਜਾਣ ਵਾਲਾ ਨਹੀਂ, ਕਦੇ ਟੁੱਟ ਜਾਣ ਵਾਲਾ, ਫੁੱਸ ਜਾਣ ਵਾਲਾ ਨਹੀਂ। ਇਸ ਵਾਸਤੇ ਉਸ ਨਿਸ਼ਚਲ ਰਾਜ ਨੂੰ ਕਮਾਉਣਾ ਕਰੋ, ਹਿਰਦੇ ਵਿੱਚ ਟਿਕ ਕੇ ਪਰਮਾਤਮਾ ਨਾਲ ਅਭੇਦ ਹੋ ਕੇ। ਤੁਮ ਕਰ ਆਵੋ ਮੇਰੇ ਮੀਤ, ਮੇਰੇ ਮੀਤ ਭਾਈ ਗੁਰਸਿੱਖੋ, ਤੁਸੀਂ ਆਪਣੇ ਘਰ ਦੇ ਵਿੱਚ ਤੁਮ ਘਰ ਆਵੋ, ਤੂੰ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਟਿਕਣਾ ਕਰੋ। ਕਿਉਂ? ਮਨ ਦੀ ਵਾਸ਼ਨਾ ਇੱਧਰ ਉੱਧਰ ਸਾਨੂੰ ਭਜਾ ਰਹੀ ਹੈ, ਦੌੜ ਰਹੇ ਹਾਂ, ਦਿਨ ਰਾਤ ਭੱਜੇ ਫਿਰਦੇ ਹਾਂ, ਕਿਤੇ ਬੈਠਿਆਂ ਬੈਠਿਆਂ ਨੂੰ ਵੀ ਟਿਕਾ ਨਹੀਂ ਆਉਂਦਾ। ਇੱਥੇ ਗੁਰੂ ਕੀ ਸੰਗਤ ਬੈਠਿਆਂ ਵਿੱਚ ਵੀ ਜਿਹੜਾ ਮਨ ਹੈ ਉਹ ਪਰਿਵਾਰਾਂ ਵਿੱਚ ਹੈ, ਜਿਹੜਾ ਮਨ ਹੈ ਉਹ ਵਿਦੇਸ਼ਾਂ ਵਿੱਚ ਹੈ, ਉਹ ਕਾਰਜਾਂ ਵਿੱਚ ਹੈ, ਉਹ ਹੋਰ ਕਈ ਭੈੜਿਆਂ ਥਾਵਾਂ 'ਤੇ ਚੱਲਿਆ ਜਾਂਦਾ ਹੈ। ਸਤਿਗੁਰੂ ਦੀ ਕਿਰਪਾ ਕਰਨ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਨਿਸ਼ਚਲ ਘਰ ਦੇ ਵਿੱਚ, ਹਿਰਦੇ ਰੂਪ ਘਰ ਦੇ ਵਿੱਚ ਸਾਡੇ ਮਨ ਦਾ ਟਿਕਾ ਹੋ ਜਾਵੇ, ਵਾਹਿਗੁਰੂ ਦੇ ਸਿਮਰਨ ਨਾਲ ਜੁੜ ਜਾਈਏ। ਤੁਮਰੇ ਦੋਖੀ ਹਾਰੇ ਆਪ ਨਿਵਾਰੇ, ਭਾਈ ਤੂੰ ਉਦਮ ਕਰੇਗਾ ਤੇ ਫਿਰ ਤੇਰੇ ਦੋਖੀ ਕੌਣ ਨੇ? ਸ਼ਬਦ ਸਪਰਸ ਰਾਸ ਰੂਪ ਗੰਧ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਦੋਖੀ ਨੇ ਤੇਰੇ, ਤੇਰੇ ਰਾਹ ਵਿੱਚ ਰੁਕਾਵਟਾਂ ਬਣ ਕੇ ਖੜੇ ਨੇ, ਇਹ ਛਾਤੀਆਂ ਤਾਨ ਕੇ ਖੜੇ ਨੇ ਕਿ ਤੂੰ ਨਾਮ ਜਪ ਕੇ ਵਿਖਾ। ਇਸੇ ਤਰ੍ਹਾਂ ਸਾਧ ਸੰਗ ਜੀ ਜਿਹੜੇ ਕਰਮ ਇੰਦਰੇ ਆ, ਗਿਆਨ ਇੰਦਰੇ ਆ, ਇਹ ਵੀ ਦੋਸ਼ੀ ਬਣ ਜਾਂਦੇ ਆ। ਗੁਰੂ ਕੀ ਸੰਗਤ ਵਿੱਚ ਆਵਾਂਗੇ ਤਾਂ ਇੱਥੇ ਪਰਾਇਆ ਰੂਪ ਤੱਕਣ ਵਾਲੇ ਪਾਸੇ ਧਿਆਨ ਜਾਵੇਗਾ,
ਹਜ਼ੂਰ ਦਾ ਹੁਕਮ ਹੈ ਪਾਤਰ ਰੂਪ ਨਾ ਪੇਖੈ ਨੇਤਰ, ਫਿਰ ਵੀ ਅਸੀਂ ਇਹ ਸਭ ਕੁਝ ਭੁੱਲ ਕੇ ਉਲਟ ਪਾਸੇ ਤੁਰਦੇ ਹਾਂ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਜੇ ਭਾਈ ਤੂੰ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਟਿਕਾ ਕੀਤਾ ਤੇ ਫਿਰ ਇਹ ਜਿਹੜੇ ਦੋਖੀ ਤੇਰੇ ਦੁਸ਼ਮਣ ਹਨ ਇਹਨਾਂ ਦੇ ਉੱਪਰ ਵੀ ਫਤਿਹ ਪਾ ਲਵੇਂਗਾ, ਇਹ ਵੀ ਤੇਰਾ ਕੁਝ ਨਹੀਂ ਵਿਗਾੜ ਸਕਣਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਡਰ ਹੈ ਭਾਈ ਇਹਨਾਂ ਦਾ, ਇਹਨਾਂ ਤੋਂ ਅਣਜਾਣ ਲੋਕ ਡਰਨ ਪਰ ਆਪਾਂ ਨੂੰ ਕਾਹਦਾ ਡਰ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਇਹਨਾਂ ਦੀ ਕੀ ਪਾਇਆ। ਹਜ਼ੂਰ ਨੇ ਆਪ ਕਿਰਪਾ ਕੀਤੀ, ਮੋਹ ਬਲ ਬਵਸ ਕੀਓ ਕਾਮ ਗਏ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉਂ ਝਾੜਿਓ। ਕਹਿੰਦੇ ਐਸੀ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਕਿਰਪਾ ਨਾਲ ਇਹ ਵਿਕਾਰ ਵੀ ਕੁਝ ਨਹੀਂ ਵਿਕਾਰ ਸਕਦੇ, ਆਗਿਆਕਾਰੀ ਬਣ ਜਾਂਦੇ ਹਨ। ਇਹ ਸਾਰੇ ਜਿਹੜੇ ਤੇਰੇ ਦੋਖੀ ਸੀਗੇ ਇਹ ਮਹਾਰਾਜ ਨੇ ਆਪ ਹੀ ਨਿਵਿਰਤ ਕਰ ਦਿੱਤੇ ਹਨ, ਆਗਿਆਕਾਰੀ ਬਣਾ ਦਿੱਤੇ। ਆਪਦਾ ਭਈ ਬਤੀਤ, ਇਹਦੀ ਆਪਦਾ ਸੀ, ਦੁੱਖ ਸੀ, ਤਕਲੀਫ ਸੀ, ਜਿਹੜੀ ਮੁਸ਼ਕਿਲ ਸੀ ਇਹਨਾਂ ਕਰਕੇ ਉਹ ਵੀ ਖਤਮ ਕਰ ਦਿੱਤੀ ਵਾਹਿਗੁਰੂ ਨੇ। ਰਹਾਓ ਰਾਮ ਦੀ ਕਿਰਪਾ ਕਰ ਰਹੇ ਹਨ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਉਸ ਅਕਾਲ ਪੁਰਖ ਵਾਹਿਗੁਰੂ ਜੋ ਸਰਬ ਜੀਆਂ ਨੂੰ ਕਰਨਹਾਰ ਹੈ, ਸਰਬ ਕੌਤਕਾਂ ਨੂੰ ਕਰਨਹਾਰ ਹੈ, ਕਰਨਹਾਰ ਪਰਮੇਸ਼ਰ ਹੈ, ਉਸ ਵਾਹਿਗੁਰੂ ਨੇ ਉਹਦੇ ਵਿੱਚ ਅਭੇਦ ਕਰਕੇ ਸਾਨੂੰ, ਜਦੋਂ ਅਸੀਂ ਵਾਹਿਗੁਰੂ 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 ਨਾਮ ਜਪਿਆ, ਜਿਨ੍ਹਾਂ ਜਿਨ੍ਹਾਂ ਨੇ ਜਪਿਆ ਭਾਈ ਜਿਨ ਹਰਮਨ ਵਸਿਆ ਸੇਤ ਦਰ ਸਾਚੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰ। ਉਸ ਵਾਹਿਗੁਰੂ ਨੇ ਪ੍ਰਗਟ ਕਰ ਦਿੱਤੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਈ। ਨਾਸਨ ਭਾਜਨ ਥਾਕੇ, ਜਿਹੜਾ ਇਹ ਮਨ ਦੀਆਂ ਵਾਸ਼ਨਾ ਕਰਕੇ ਇਹ ਦੌੜਦਾ ਫਿਰਦਾ ਸੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਵਿਰਤ ਕਰ ਦਿੱਤੀਆਂ। ਇਹ ਸਾਰੇ ਜਿਹੜੀਆਂ ਰੁਕਾਵਟਾਂ ਕਰਨ ਵਾਲੇ ਅੱਗੇ ਆਕੜ ਆਕੜ ਕੇ ਖੜਦੇ ਸਨ, ਛਾਤੀਆਂ ਤਾਣ ਕੇ ਖੜਦੇ ਸਨ, ਸਾਰੇ ਹੀ ਥੱਕ ਗਏ, ਇਹ ਨਹੀਂ ਹੁਣ ਸਾਹਮਣੇ ਆ ਸਕਦੇ। ਸਤਿਗੁਰੂ ਪਾਤਸ਼ਾਹ ਨੇ ਐਸੀ ਪ੍ਰਗਟਤਾ ਬਖਸ਼ਿਸ਼ ਕਰ ਦਿੱਤੀ। ਘਰ ਮੰਗਲ ਵਾਜ ਹੈ ਨਿਤ ਵਾਜੇ, ਭਾਈ ਊਠ ਬੈਠ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਐਸੀ ਅਵਸਥਾ ਬਣ ਗਈ, ਘਰ ਮੰਗਲ ਵਾਜ ਹੈ ਨਿਤ ਵਾਜੇ। ਇਹ ਤਾਂ ਭਾਈ ਨਿਤਾ ਪਰਤੀ ਹਿਰਦੇ ਰੂਪ ਘਰ ਦੇ ਵਿੱਚ ਵਾਹਿਗੁਰੂ ਨਾਮ ਦੇ ਵਾਜੇ ਵੱਜਦੇ ਹਨ। ਆਪਣੇ ਖਸਮ ਨਿਵਾਜੇ, ਬਾਕੀ ਨੇ ਕੀਤੀ ਭਾਈ ਕਿ ਆਪਣੇ ਖਸਮ ਨੇ, ਜੇ ਆਪਣੇ ਖਸਮ ਨਾਲ ਜੁੜਾਂਗੇ ਹੀ ਨਾ ਸਤਿਸੰਗ ਜੀ, ਕੋਈ ਕਬਰਾਂ 'ਤੇ ਤੁਰਿਆ ਫਿਰੇਗਾ, ਕੋਈ ਮੜੀਆਂ ਵਿੱਚ ਤੁਰਿਆ ਫਿਰੇਗਾ, ਕੋਈ ਇੱਧਰ ਉੱਧਰ ਕੱਚੇ ਪਿੱਲੇ ਗੁਰੂਆਂ ਦੇ ਮਗਰ ਜਿਹੜੇ ਆਪੋ ਬਣੇ ਗੁਰੂ ਫਿਰਦੇ ਨੇ, ਜਿਨ੍ਹਾਂ ਦੇ ਪੱਲੇ ਵੀ ਕੱਖ ਨਹੀਂ ਹੈਗਾ, ਉਹਨਾਂ ਦੇ ਮਗਰ ਲੱਗ ਕੇ ਆਪਾਂ ਆਪ ਸਮਾਂ ਬਰਬਾਦ ਕਰ ਲਵਾਂਗੇ। ਕਈ ਵਾਰੀ ਵੇਖੀਦਾ ਦਸਤਾਰਾਂ ਬੰਨੀਆਂ, ਦਾੜੇ ਰੱਖੇ ਨੇ, ਗਾਤਰੇ ਪਾਏ ਹੋਏ ਨੇ, ਅਤੇ ਹਰੀਆਂ ਜਾਂ ਚਾਦਰਾਂ ਲੈ ਕੇ ਕਬਰਾਂ 'ਤੇ ਚੜ੍ਹਾਉਣ ਵਾਸਤੇ ਖੜ੍ਹੇ ਹੁੰਦੇ। ਇੰਨਾ ਅਕਲ ਦਾ ਘਾਟਾ ਸਤਿਸੰਗ ਜੀ, ਸਾਨੂੰ ਤਾਂ ਮਹਾਰਾਜ ਨੇ ਹੁਕਮ ਕੀਤਾ ਆ ਗਿਆ, ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਵਾਸਤੇ ਭਾਈ ਇੱਧਰ ਉੱਧਰ ਦੌੜਨਾ ਨਹੀਂ, ਕੇਵਲ ਸਤਿਗੁਰੂ ਦੀ ਬਾਣੀ ਦੇ ਉੱਪਰ ਆਸਰਾ ਰੱਖਣਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਓਟ ਰੱਖਣੀ ਹੈ। ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ, ਆਨ ਵੀ ਆ ਤੇਰੀ ਸੰਸਰ, ਤੇਰੇ ਬਰਾਬਰ ਮਹਾਰਾਜ ਕੌਣ ਹੈ, ਕੋਈ ਹੈਗਾ ਕੋਈ ਦੁਨੀਆਂ ਦੇ ਵਿੱਚ ਏਡੀ ਵੱਡੀ ਸ਼ਕਤੀ ਹੈ ਕੋਈ, ਕਿਤੇ ਨਹੀਂ ਮਿਲ ਸਕਦੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਹੈ,
ਹੁਣ ਇੱਧਰ ਉੱਧਰ ਦਾ ਆਸਰਾ ਛੱਡ ਕੇ ਕੇਵਲ ਵਾਹਿਗੁਰੂ ਨਾਲ ਜੁੜਨਾ, ਗੁਰੂ ਕੀ ਬਾਣੀ ਦੇ ਉੱਪਰ ਭਰੋਸਾ, ਸ਼ਰਧਾ ਰੱਖਣੀ, ਭਾਵਨਾ ਰੱਖਣੀ ਹੈ। ਅਸਥਿਰ ਰਹੋ ਡੋਲੋ ਮਤ ਕਾਬੂ। ਹੁਣ ਭਾਈ ਕਹਿੰਦੇ ਅਸਥਿਰ ਰਹੋ, ਟਿਕੇ ਰਹੋ, ਡੋਲੋ ਨਾ ਕਿਤੇ ਵੀ, ਕਿਉਂਕਿ ਕਈ ਵਾਰੀ ਦੁੱਖ ਆਉਂਦਾ ਹੈ, ਕਈ ਵਾਰ ਸੁੱਖ ਆਉਂਦੇ ਹੈ। ਇਹ ਭਾਈ ਜ਼ਿੰਦਗੀ ਦਾ ਇੱਕ ਸੁਭਾਅ ਹੈ, ਜ਼ਿੰਦਗੀ ਦਾ ਚਾਲ ਹੈ, ਇੱਕ ਉਤਰਾਅ ਚੜਾਅ ਆਉਂਦੇ ਨੇ। ਪਰ ਗੁਰੂ ਸਾਹਿਬ ਨੇ ਆਪ ਆਪਣੇ ਉੱਪਰ ਸਾਰੇ ਪ੍ਰੈਕਟੀਕਲ ਕਰਕੇ ਮਹਾਰਾਜ ਸਾਨੂੰ ਸਮਝਾਏ ਕਿ ਗੁਰੂ ਕੇ ਸਿੱਖ ਕਿਤੇ ਡੋਲ ਨਾ ਜਾਣ। ਸਤਿਸੰਗਤ ਜੀ, ਐਸੀ ਅਵਸਥਾ ਬਖਸ਼ੀ ਫਿਰ ਮਹਾਰਾਜ ਨੇ ਕਿ ਭਾਈ ਇਸ ਤਰ੍ਹਾਂ ਗੁਰੂ ਸਿੱਖੀ ਨੂੰ ਕਮਾਉਣਾ ਹੈ, ਗੁਰਸਿੱਖੀ 'ਤੇ ਇਸ ਤਰ੍ਹਾਂ ਚੱਲਣਾ ਹੈ। ਅਤੇ ਜਦੋਂ ਭਾਈ ਗੁਰੂ ਕਾ ਸਿੱਖ ਅੰਮ੍ਰਿਤ ਛੱਕ ਲਵੇ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤਿਆਰ ਪ੍ਰਤਿਆਰ ਕਲਗੀਧਰ ਪਾਤਸ਼ਾਹ ਦਾ ਪੁੱਤਰ ਬਣ ਜਾਵੇ, ਅਤੇ ਫਿਰ ਗੁਰੂ ਦੀਆਂ ਦੱਸੀਆਂ ਰਹਿਤਾਂ ਨੂੰ ਕਮਾ ਲਵੇ, ਬਾਣੀ ਦੇ ਉੱਪਰ ਭਰੋਸਾ ਰੱਖੇ, ਫਿਰ ਇਹ ਅਵਸਥਾ ਬਣੇਗੀ। ਇਸ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਅਸਥਿਰ ਰਹੋ, ਕਹਿੰਦੇ ਭਾਈ ਟਕਾ ਰੱਖਿਓ, ਕਿਤੇ ਛੋਟੀਆਂ ਮੋਟੀਆਂ ਔਕੜਾਂ 'ਤੇ ਡੋਲ ਨਾ ਜਾਇਓ, ਕਿਉਂਕਿ ਡੋਲੋ ਮਤ ਕਬਹੋ, ਕਿਤੇ ਵੀ, ਅੱਜ ਨਹੀਂ ਕਿ ਅੱਜ ਨਹੀਂ ਡੋਲਣਾ, ਕਦੇ ਵਾਸਤੇ ਵੀ ਨਹੀਂ ਡੋਲਣਾ, ਸਤਿਗੁਰੂ ਦੇ ਉੱਪਰ ਸ਼ਰਧਾ ਰੱਖਣੀ, ਕਿਰਪਾ ਕਰਨਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਮਨ ਵਿੱਚ ਇੱਛਾ ਰੱਖਣੀ। ਸੋ ਇਸ ਵਾਸਤੇ ਅਸਥਿਰ ਰਹੋ, ਟਿਕੇ ਰਹੋ, ਕਦੇ ਵਾਸਤੇ ਡੋਲਣਾ ਨਹੀਂ ਹੈ। ਗੁਰ ਕੈ ਬਚਨ ਆਧਾਰ, ਕਿਉਂਕਿ ਗੁਰ ਕਾ ਬਚਨ ਬਾਣੀ ਹੈ, ਗੁਰੂ ਕੇ ਬਚਨ ਗੁਰੂ ਕੀ ਬਾਣੀ ਹੈ ਭਾਈ, ਅਤੇ ਗੁਰਬਾਣੀ ਦਾ ਆਸਰਾ ਤਕਾ ਕੇ ਮਨ ਵਿੱਚ ਕਿ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਜਾਂ ਗੁਰੂ ਕਾ ਉਪਦੇਸ਼ ਜਿਹੜਾ ਹੈ ਉਹ ਸਿੱਖੀ ਦੀਆਂ ਭਾਵਨਾਵਾਂ ਕਦਰਾਂ ਕੀਮਤਾਂ ਨੇ, ਰਹਿਤ ਮਰਜ਼ਾਦਾ ਹੈ, ਇਹ ਗੁਰੂ ਕੇ ਬਚਨ ਹਨ। ਇਸ ਵਾਸਤੇ ਭਾਈ ਗੁਰੂ ਕੇ ਬਚਨਾਂ ਦੇ ਉੱਪਰ ਭਰੋਸਾ ਰੱਖਣਾ ਹੈ। ਜੈ ਜੈਕਾਰ ਸਗਲ ਭੂ ਮੰਡਲ, ਭਾਈ ਇਹ ਕਮਾਈ ਕਰਾਂਗੇ, ਇਹ ਗੁਰਸਿੱਖੀ ਦੀ ਚਾਲ 'ਤੇ ਚੱਲਾਂਗੇ, ਸਤਿਗੁਰੂ ਪਾਤਸ਼ਾਹ ਦੇ ਹੁਕਮ ਨੂੰ ਮੰਨਾਂਗੇ, ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਦਾ ਲਾਭ ਕੀ ਹੋਵੇਗਾ, ਕਹਿੰਦੇ ਜੈ ਜੈਕਾਰ। ਫਿਰ ਭਾਈ ਇਹ ਮਿਟਣ ਵਾਲੀ ਜੈ ਜੈਕਾਰ ਨਹੀਂ ਕਿ ਅੱਜ ਚਾਰ ਬੰਦੇ ਸਾਡੇ ਮਗਰ ਝੰਡੇ ਚੱਕ ਕੇ ਜੈ ਜੈਕਾਰ ਕਰ ਦਿੱਤੇ, ਥੋੜ੍ਹੀਆਂ ਜਿਹੀਆਂ ਵੋਟਾਂ ਘੱਟ ਗਈਆਂ, ਕੋਈ ਘਰੇ ਹਾਲ ਪੁੱਛਣ ਵੀ ਨਹੀਂ ਆਉਂਦਾ, ਇਹ ਗੱਲ ਨਹੀਂ ਹੈ। ਇਹ ਤਾਂ ਭਾਈ ਐਸੇ ਗੁਰੂ ਕੇ ਮਹਾਂਪੁਰਖ ਸੰਤ ਭਗਤ ਜਿਹੜੇ ਗੁਰੂ ਨਾਲ ਜੁੜੇ ਆ, ਜਿਨ੍ਹਾਂ ਨੇ ਭਾਈ ਪਰਮਾਤਮਾ ਦੇ ਵਿੱਚ ਭੇਤਤਾ ਪਾਈ ਹੈ, ਉੱਥੇ ਜਾ ਕੇ ਵੱਡੇ ਵੱਡੇ ਅਮੀਰਜ਼ਾਦੇ, ਵੱਡੇ ਵੱਡੇ ਰਾਜੇ ਮਹਾਰਾਜੇ, ਵੱਡੀਆਂ ਵੱਡੀਆਂ ਸਾਧ ਸੰਗਤ ਜੀ, ਅਹੁਦੇ 'ਤੇ ਮਰਾਤਮਾ ਦੀਆਂ ਪ੍ਰਾਪਤੀਆਂ ਕਰਨ ਵਾਲੇ ਉੱਥੇ ਜਾ ਕੇ ਝੁਕਦੇ ਆ, ਮੱਥਾ ਟੇਕਦੇ ਆ। ਸੋ ਉਹ ਕਿਹਦੀ ਬਰਕਤ ਹੈ? ਉਹ ਵਾਹਿਗੁਰੂ ਨਾਮ ਦੀ ਬਰਕਤ ਹੈ। ਇਸ ਕਰਕੇ ਜੈ ਜੈਕਾਰ ਸਗਲ ਭੂ ਮੰਡਲ, ਉਹਨਾਂ ਦੀ ਜੈ ਜੈਕਾਰ ਕੇਵਲ ਇੱਕ ਥਾਂ 'ਤੇ ਨਹੀਂ, ਇੱਕ ਪਿੰਡ ਵਿੱਚ ਨਹੀਂ, ਉਹ ਤਾਂ ਸਾਰੇ ਸੰਸਾਰ ਵਿੱਚ ਖੰਡਾਂ ਬ੍ਰਹਮੰਡਾਂ ਤੱਕ ਉਹਨਾਂ ਗੁਰੂ ਕੇ ਪਿਆਰਿਆਂ ਦੀ ਜੈ ਜੈਕਾਰ ਹੋ ਜਾਂਦੀ ਹੈ। ਮੁਖ ਉਜਲ ਦਰਬਾਰ, ਫਿਰ ਭਾਈ ਕਿਉਂਕਿ ਗੁਰੂ ਕਾ ਹੁਕਮ ਹੈ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਉਹਨਾਂ ਦੇ ਭਾਈ ਹਮੇਸ਼ਾ ਵਾਸਤੇ ਹੀ ਇਹ ਦਰਬਾਰ ਵਿੱਚ ਵੀ, ਗੁਰੂ ਕੇ ਦਰਬਾਰ ਵਿੱਚ ਵੀ ਅਤੇ ਸੱਚਖੰਡ ਦਰਗਾਹ ਦਰਬਾਰ ਵਿੱਚ ਵੀ ਉਹਨਾਂ ਦੇ ਮੁੱਖ ਉਜਲੇ ਹੁੰਦੇ ਹਨ। ਜਿਨਕੇ ਜੀਉ ਤਿਨਾ ਹੀ ਫੇਰੇ, ਇਹ ਭਾਈ ਮਨ ਵਿੱਚ ਇੱਛਾ ਰੱਖਣੀ, ਸ਼ਰਧਾ ਰੱਖਣੀ ਹੈ, ਜਿਸ ਅਕਾਲ ਪੁਰਖ ਨੇ ਸਾਡੇ ਅੰਦਰ ਜੀਵ ਆਤਮਾ ਪਾਈ ਹੈ, ਸਾਨੂੰ ਜਿਉਂਦੇ ਰੱਖਿਆ ਹੈ, ਚੇਤਨ ਸਤਾ ਦਿੱਤੀ ਹੈ, ਆਪਣੀ ਜੋਤ ਬਖਸ਼ੀ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਿਨਕੇ ਜੀ
ਤਿੰਨੇ ਹੀ ਫੇਰੇ। ਅਤੇ ਜਦੋਂ ਭਾਈ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਪਾਠ ਕਰਦੇ ਹਾਂ, ਅਸੀਂ ਸਿਮਰਨ ਕਰਦੇ ਹਾਂ, ਉਦੋਂ ਸਾਨੂੰ ਨੀਂਦ ਆਉਂਦੀ ਹੈ, ਆਲਸ ਆਉਂਦੀ ਹੈ, ਜਾਂ ਇਹਦੇ ਤੋਂ ਉਲਟ ਅਸੀਂ ਸੋਚਦੇ ਹਾਂ ਵੀ ਸਿਮਰਨ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ ਅਤੇ ਦੁੱਖ ਤਕਲੀਫਾਂ ਵੀ ਸਾਨੂੰ ਹੀ ਮਿਲਦੀਆਂ ਹਨ, ਇਹ ਤਾਦਕ ਮਨ ਦੇ ਵਿੱਚ ਇਹ ਫੁਰਨੇ ਬਣੇ ਰਹਿੰਦੇ ਨੇ, ਕਿਉਂ ਹੁੰਦਾ ਇਹ ਕੁਝ? ਅਤੇ ਜਦੋਂ ਗੁਰੂ ਕਾ ਸਿੱਖ ਇਸ ਅਵਸਥਾ ਦੀ ਪਰਿਪੱਕਤਾ ਵੱਲ ਵੱਧਦਾ ਹੈ ਅਤੇ ਫਿਰ ਉਹ ਪੜ੍ਹਦਾ ਗੁਰੂ ਕੀ ਬਾਣੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਾ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਾ, ਉਹ ਇਸ ਅਵਸਥਾ ਚਲਿਆ ਜਾਂਦਾ ਹੈ। ਇਸ ਕਰਕੇ ਜਿਨ ਕੇ ਜੀ ਤਿੰਨੇ ਹੀ ਫੇਰੇ, ਜਿਹਨੇ ਭਾਈ ਇਹ ਜੀ ਪੈਦਾ ਕੀਤੇ ਹੈ ਉਹਨਾਂ ਦੇ ਅੰਦਰੋਂ ਇਹ ਮੰਦ ਭਾਵਨਾ ਮਾਰ ਸੱਚੇ ਪਾਤਸ਼ਾਹ ਜੀ ਘੁਮਾ ਦਿੰਦਾ, ਫੇਰ ਦਿੰਦਾ ਹੈ, ਬਦਲ ਦਿੰਦਾ ਹੈ, ਉਹਨਾਂ ਦੇ ਅੰਦਰ ਸ਼ਰਧਾ ਪੈਦਾ ਕਰ ਦਿੰਦਾ ਹੈ। ਆਪੇ ਭਇਆ ਸਹਾਈ, ਫਿਰ ਉਹ ਆਪ ਹੀ ਸਹਾਇਤਾ ਕਰਦਾ ਆਪਣੇ ਗੁਰਸਿੱਖਾਂ ਦੀ, ਬੇਅੰਤ ਪ੍ਰਤੱਖ ਰੂਪ ਵਿੱਚ ਵੀ ਬੇਅੰਤ ਥਾਵਾਂ 'ਤੇ ਭਾਈ ਗੁਰਦਾਸ ਜੀ ਦੀ ਸਹਾਇਤਾ ਕੀਤੀ, ਬਾਬਾ ਵਿਧੀ ਚੰਦ ਜੀ ਦੀ ਸਹਾਇਤਾ ਕੀਤੀ, ਕਿੰਨਿਆਂ ਕੁ ਦੀ ਆਪਾਂ ਗਿਣ ਕੇ ਦੱਸਾਂਗੇ ਭਾਈ। ਹਰ ਜੋ ਯੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਯੁਗਾ ਜਗੰਤਰਾਂ ਤੋਂ ਲੈ ਕੇ ਜੇ ਆਪਾਂ ਪੜ੍ਹਾਂਗੇ ਭਗਤ ਨਾਮਦੇਵ ਜੀ ਦੀ, ਭਗਤ ਰਵਿਦਾਸ ਜੀ ਦੀ, ਭਗਤ ਕਬੀਰ ਜੀ ਦੀ, ਕਿਵੇਂ ਰੱਖਿਆ ਕੀਤੀ ਭਾਈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਆਪੇ ਪਿਆ ਸਹਾਇ। ਜਦੋਂ ਆਪਾਂ ਇਹ ਟਿਕਾ ਮਨ ਵਿੱਚ ਰੱਖਾਂਗੇ, ਡੋਲਣ ਤੋਂ ਰਹਿਤ ਹੋ ਜਾਵਾਂਗੇ, ਇੱਕੋ ਇੱਕ ਆਸਰਾ ਅਕਾਲ ਪੁਰਖ ਵਾਹਿਗੁਰੂ ਦਾ ਰੱਖਾਂਗੇ ਤਾਂ ਫਿਰ ਉਹ ਸਹਾਇਤਾ ਕਰੇਗਾ ਆਪ। ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਨਾਮਦੇਵ ਨੂੰ ਬੰਨ ਲਿਆ ਸੀ ਨਾ, ਬੰਨ ਕੇ ਕਹਿ ਦਿੱਤਾ ਸੀ ਕਿ ਮਰੀ ਹੋਈ ਗਊ ਜਿਉਂਦੀ ਕਰ ਦੇ, ਸੱਤ ਘੜੀਆਂ ਤੈਨੂੰ ਦਿੰਦੇ ਹਾਂ, ਸੱਤਾਂ ਘੜੀਆਂ ਦੇ ਵਿੱਚ ਗਾਂ ਜਿਉਂਦੀ ਨਾ ਹੋਈ ਤਾਂ ਤੈਨੂੰ ਕਤਲ ਕਰ ਦਿੱਤਾ ਜਾਵੇਗਾ। ਕਿੱਡੀਆਂ ਵੱਡੀਆਂ ਪਰਖਾਂ! ਪਰ ਬਾਣੀ ਦੇ ਨਾਲ ਇੱਕ ਮੈਂ ਕੋਇਆ ਭਗਤ ਨਾਮਦੇਵ ਡੋਲਿਆ ਨਹੀਂ, ਨਹੀਂ ਕਿਹਾ ਕਿ ਨਹੀਂ ਮੇਰੀ ਮਿੰਨਤ ਹੈ ਮੈਨੂੰ ਛੱਡ ਦਿਉ, ਮੇਰੇ ਕੋਲ ਗਾਂ ਜਿਉਂਦੀ ਕਿਵੇਂ ਹੋ ਜਾਊ? ਅਤੇ ਕਹਿੰਦੇ ਅਸੀਂ ਤੇਰੀਆਂ ਬਰਕਤਾਂ ਦੇਖੀਆਂ ਨੇ, ਤੇਰੇ ਵਿੱਚ ਸ਼ਕਤੀਆਂ ਨੇ। ਅਤੇ ਉਹ ਕਹਿਣ ਲੱਗਾ, ਬਾਦਸ਼ਾਹ ਇਹ ਕੁਝ ਨਹੀਂ ਹੋ ਸਕਦਾ, ਮੇਰਾ ਕੀ ਆ ਕਛੂ ਨਾ ਹੋਏ, ਮੈਂ ਨਹੀਂ ਕੁਝ ਕਰ ਸਕਦਾ। ਪਰ ਕਹਿੰਦੇ ਤੂੰ ਤਾਂ ਕਹਿੰਦਾ ਵੀ ਬੜੀ ਵੱਡੀ ਕੁਦਰਤ ਦੀ ਕਿਰਪਾ ਹੈ, ਬੜੀ ਵੱਡੀ ਰੱਬ ਦੀ ਕਿਰਪਾ ਹੈ, ਬਹੁਤ ਵੱਡੀ ਅਕਾਲ ਪੁਰਖ ਦੀ ਬਹੁਤ ਵੱਡੀ ਸ਼ਕਤੀ ਹੈ। ਅਤੇ ਫਿਰ ਕਹਿੰਦੇ ਕਰ ਹੈ ਰਾਮ ਹੋਏ ਹੈ ਸੋਏ। ਕਹਿੰਦੇ ਉਹ ਤਾਂ ਭਾਈ ਹੋ ਹੀ ਜਾਊ, ਜੇ ਅਕਾਲ ਪੁਰਖ ਚਾਹਵੇ ਫਿਰ ਕੀ ਮੁਸ਼ਕਿਲ ਹੈ, ਫਿਰ ਤਾਂ ਹੋ ਜਾਊਗਾ, ਪਰ ਮੇਰਾ ਕੀਤਾ ਨਹੀਂ ਹੋਣਾ। ਇਹ ਹੈ ਭਾਈ ਟਕਾ, ਇਹ ਹੈ ਡੋਲਣ ਤੋਂ ਰਹਿਤ ਰਹਿਣਾ, ਕਿਉਂਕਿ ਸਭ ਸ਼ਕਤੀਆਂ ਵਿੱਚ ਨੇ, ਅਕਾਲ ਪੁਰਖ ਵਿੱਚ ਭੇਜਤਾ ਹੈ। ਅਤੇ ਕਹਿੰਦੇ ਮੇਰਾ ਕੀ ਆ ਕੁਛ ਨਾ, ਮੈਂ ਨਹੀਂ ਕਰ ਸਕਦਾ। ਅਤੇ ਅਸੀਂ ਤਾਂ ਇਦੂ ਉਲਟ ਹੈ, ਛੋਟਾ ਜਿਹਾ ਕੰਮ ਕੀਤਾ ਅਸੀਂ ਹੁਬ ਕੇ ਕਹਿੰਦੇ ਹਾਂ ਕਿ ਇਹ ਤਾਂ ਮੈਂ ਕੀਤਾ, ਮੇਰੇ ਤੋਂ ਬਿਨਾਂ ਕੌਣ ਕਰ ਸਕਦਾ ਸੀ? ਨਹੀਂ, ਉਹ ਕਹਿੰਦੇ ਮੇਰਾ ਕੀ ਆ ਕਛੁ ਨਾ ਹੋ, ਕਰ ਹੈ ਰਾਮ ਹੋਏ ਹੈ ਸੋਏ। ਅਤੇ ਫਿਰ ਬਣਿਆ ਕੀ ਭਾਈ, ਸਾਤ ਘੜੀ ਜਾ ਬੀਤੀ ਸੁਣੀ, ਅਜੋ ਨਾ ਆਇਓ ਤ੍ਰਿਪਣ ਧਣੀ। ਕਹਿੰਦੇ ਸੱਤ ਘੜੀਆਂ ਬੀਤ ਗਈਆਂ ਅਤੇ ਹਲੇ ਤ੍ਰਿਪਣ, ਉਹ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਪਹੁੰਚੀ ਨਹੀਂ ਹਲੇ। ਕਹਿੰਦੇ ਨਹੀਂ, ਪਾਖੰਤਰ ਬਾਜ ਬੁਲਾਏ ਦਾ ਗਰੜ ਚੜ੍ਹੇ ਗੋਬਿੰਦ ਆਏ ਲਾ। ਅਤੇ ਫਿਰ ਕਹਿੰਦੇ ਉਹ ਸ਼ਕਤੀ ਪਰਮਾਤਮਾ ਦੀ ਪਹੁੰਚ ਗਈ, ਅਤੇ ਫਿਰ ਕਿਹਦੇ ਨਾਲ ਕੀਤੀ? ਫਿਰ ਨਾਮਦੇਵ ਨੂੰ ਪੁੱਛਿਆ, ਨਾਮਦੇਵ ਇੱਧਰ ਦੇਖ ਮੇਰੇ ਵੱਲ, ਕਹੇ ਤਾਂ ਧਰਨ ਕੋਡੀ ਕਰੋ, ਹੁਣ ਦੱਸ ਜੇ ਤੂੰ ਕਵੇਂ ਤਾਂ ਧਰਤੀ ਪੁੱਠੀ ਕਰਦਿਆਂ, ਜੇ ਤਾਂ ਜ਼ੁਲਮੀ ਰਾਜੇ ਰਾਜ ਕਰਦੇ ਨੇ। ਇਸ਼ਾਰਾ ਕੀਤਾ ਨਾਮਦੇਵ ਨੇ, ਮਹਾਰਾਜ ਇਸ ਧਰਤੀ 'ਤੇ ਲੱਖਾਂ ਹੀ ਜੀਵ ਜੰਤ ਨੇ,
ਉਹਨਾਂ ਦਾ ਕੀ ਕਸੂਰ ਹੈ ਮਹਾਰਾਜ? ਕਿਰਪਾ ਕਰੋ, ਰਹਿਮਤ ਕਰੋ। ਕਹਾ ਤੇ ਲੇਕਰ ਉੱਪਰ ਧਰੋ, ਕਹਿੰਦੇ ਜੇ ਤੂੰ ਕਵੇਂ ਤਾਂ ਇਹ ਧਰਤੀ ਸਾਰੀ ਚੱਕ ਕੇ ਬਾਦਸ਼ਾਹ ਦੇ ਸਿਰ ਤੇ ਰੱਖ ਦਿਆਂ। ਕਹਿੰਦੇ ਨਾ ਮਹਾਰਾਜ, ਬੇਸਮਝ ਹੈ, ਉਹਨੂੰ ਸਮਝ ਬਖਸ਼ੋ। ਅਤੇ ਫਿਰ ਜਦੋਂ ਕਿਹਾ ਨਾ, ਕਹਾ ਤਮੋਈ ਗਊ ਦੇਉ ਜਵਾਏ, ਸਭ ਕੋਈ ਦੇਖਾ ਪਤੀ ਆਏ, ਨਾਮਾ ਪਰਵਣਾ ਸੇਲ ਮਸੇਲ, ਗਊ ਦਹਾਈ ਬਛਰਾ ਮੇਲ। ਇਸ ਤਰ੍ਹਾਂ ਕਿਰਪਾ ਕਰ ਦਿੰਦਾ ਭਾਈ। ਫਿਰ ਮਰੀ ਹੋਈ ਗਊ ਵੀ ਜਿਉਂਦੀ ਕਰ ਦਿੱਤੀ। ਤਰਕਵਾਦੀ ਲੋਕ ਜੋ ਮਰਜ਼ੀ ਗੱਲਾਂ ਪਏ ਕਹਿਣ, ਭਾਈ ਇਹ ਗੁਰੂ ਕੀ ਬਾਣੀ ਆ, ਗੁਰੂ ਕੀ ਬਾਣੀ ਦੀ ਸ਼ਕਤੀ ਹੈ, ਇਹਦੇ ਵਿੱਚ ਆਨੰਦਤਾ ਹੈ, ਇਹਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਹਨ। ਜਿੱਥੇ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਹੈ, ਤੁਹਾਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜਦੋਂ ਸਾਡੀ ਮਤ ਬਦਲ ਕੇ, ਵਿਸ਼ਿਆਂ ਵੱਲੋਂ ਬਦਲ ਕੇ ਸਤਿਗੁਰੂ ਪਾਤਸ਼ਾਹ ਜੀ ਨਾਮ ਵਿੱਚ ਜੋੜ ਦਿੱਤੀ, ਫਿਰ ਆਪੇ ਪਿਆ ਸਹਾਈ, ਫਿਰ ਆਪੇ ਹੀ ਉਹ ਸਹਾਇਤਾ ਕਰਨ ਨੂੰ ਸਮਰੱਥ ਹੈ, ਆਪ ਹੀ ਸਹਾਇਤਾ ਕਰਦਾ। ਇਹ ਮਨ ਵਿੱਚ ਵਿਸ਼ਵਾਸ ਭਰੋਸਾ ਰੱਖਣਾ ਚਾਹੀਦਾ ਕਿ ਸਤਿਗੁਰੂ ਜੀ ਆਪ ਹੀ ਸਾਡੀ ਸਹਾਇਤਾ ਕਰਨਗੇ। ਅਚਰਜ ਕੀਆ ਕਰਨਾ ਹਾਰ, ਉਹ ਅਚਰਜ ਤੋਂ ਅਚਰਜ ਕੌਤਕ ਵੀ ਵਰਤਾ ਦਿੰਦਾ। ਉਹਦੇ ਵਾਸਤੇ ਕਰਨ ਹਾਰ ਕੋ ਕਿਸ ਅਚਰਜ ਨਾ ਹੈ, ਉਹਦੇ ਵਾਸਤੇ ਅਚਰਜ ਤਾਂ ਨਹੀਂ, ਇਹ ਤਾਂ ਸਾਡੇ ਵਾਸਤੇ ਹੈ ਨਾ। ਇਸ ਵਾਸਤੇ ਜੋ ਅਚਰਜ ਭਾਵ ਜਿਹੜਾ ਕੁਝ ਨਹੀਂ ਹੋ ਸਕਦਾ ਉਹ ਕਰ ਦੇਣਾ, ਹੈਰਾਨ ਕਰ ਦੇਣ ਵਾਲਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਅਚਰਜਤਾ ਵੀ ਆਪ ਬਖਸ਼ ਦਿੰਦਾ ਹੈ। ਨਾਨਕ ਸੱਚ ਵਡਿਆਈ, ਇਹ ਭਾਈ ਸਤਿਗੁਰੂ ਪਾਤਸ਼ਾਹ ਜੀ ਦੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੱਚੀ ਵਡਿਆਈ ਉਸ ਅਕਾਲ ਪੁਰਖ ਦੇ ਨਾਮ ਦੀ ਹੈ, ਉਹਦੀ ਨਾਮ ਦੀ ਮਹਿਮਾ ਹੈ, ਉਹਦੀ ਵਡਿਆਈ ਹੈ ਇਹ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਮਹਾਰਾਜ, ਕਿਰਪਾ ਕਰਨ, ਸਾਨੂੰ ਗੁਰਸਿੱਖੀ ਦੇ ਅਸੂਲਾਂ ਦੀ ਪਰਿਪੱਕਤਾ ਬਖਸ਼ਣ, ਸਾਡੇ ਅੰਦਰ ਸ਼ਰਧਾ ਭਾਵਨਾ ਬਣੇ, ਅਸੀਂ ਤਰਕਵਾਦੀ ਹੋ ਕੇ ਗੁਰਬਾਣੀ ਤੋਂ ਦੂਰ ਨਾ ਚਲੇ ਜਾਈਏ, ਗੁਰਬਾਣੀ 'ਤੇ ਸ਼ਰਧਾ ਦੀ ਭਾਵਨਾ ਬਣੀ ਰਹੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪਣਾ ਸਭਨਾਂ ਦੇ ਉੱਪਰ ਇਹ ਕਿਰਪਾ ਵੀ ਕਰ ਦੇਣ। ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹਦਾ ਵੀ ਆਨੰਦ ਲਈਏ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਸੂਹੀ ਮਹੱਲਾ ਪੰਜਵਾ ਗੁਣਵੰਤੀ, ਜੋ ਦਿਸੈ ਗੁਰ ਸਿੱਖੜਾ। ਇਹ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਸਨ, ਦੋ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਪਹਿਲਾ ਸ਼ਬਦ ਜਿਸ ਦੇ ਨਾਂ ਲਾਇਆ ਕੁਚੱਜੀ, ਜਿਹਦੇ 'ਚ ਅਸੀਂ ਬਹੁ ਗਿਣਤੀ ਉਹਦੇ ਵਿੱਚ ਆ ਜਾਂਦੇ ਹਾਂ। ਸਾਨੂੰ ਜੀਵਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਇੱਕ ਚੱਜ ਛੱਡੋ, ਅਤੇ ਛੱਡੀਏ ਕਿਵੇਂ? ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਵਰਤਾਇਆ ਸੁਚੱਜੀ, ਜਿਹਦੇ ਵਿੱਚ ਸੁਚਿਆਰਤਾ ਹੈ, ਉਹ ਸ਼ਬਦ ਵਰਤਾਇਆ। ਕੱਲ੍ਹ ਜਿਹਦੀ ਕਥਾ ਹੋਈ ਸੀ ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਹਿਜ ਦੇ ਗੁਣ ਦੱਸੇ ਸਨ ਕਿ ਕਿਵੇਂ ਰਹਿਣਾ ਹੈ। ਅਤੇ ਹੁਣ ਪੰਚਮ ਪਾਤਸ਼ਾਹ ਜੀ ਦੇ ਨਾਲ ਹੀ ਕਿਰਪਾ ਕਰਦੇ ਹਨ ਗੁਣਵੰਤੀ, ਜਿਹੜੇ ਗੁਣਾਂ ਦੇ ਭਰਪੂਰ ਨੇ, ਗੁਰੂ ਕੇ ਪਿਆਰੇ, ਉਹਨਾਂ ਦੀਆਂ ਅਵਸਥਾ ਦੱਸਣਗੇ ਸਤਿਗੁਰੂ ਜੀ ਕਿ ਭਾਈ ਇਹ ਅਵਸਥਾ ਦੇਖੋ, ਪੌੜੀਆਂ ਬਣਾਈਆਂ ਮਹਾਰਾਜ ਨੇ, ਪਹਿਲਾਂ ਕੁਚੱਜੀ ਤੋਂ ਸੁਚੱਜੀ ਬਣਾਇਆ, ਸੁਚੱਜੀ ਤੋਂ ਹੁਣ ਗੁਣਵੰਤੀ, ਗੁਣਵੰਤੀ ਬਣਾ ਰਹੇ ਨੇ ਸਤਿਗੁਰੂ ਜੀ। ਇਹਦੇ ਵਿੱਚ ਆ ਮਾਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਜੋ ਦਿਸੈ ਗੁਰ ਸਿੱਖੜਾ, ਜੋ ਵੀ ਸਾਨੂੰ ਦਿਸਦਾ ਹੈ ਗੁਰੂ ਕੀ ਸਿੱਖਿਆ ਦੇਣ ਵਾਲਾ ਗੁਰਸਿੱਖ। ਆਮ ਤੌਰ 'ਤੇ ਤਾਂ ਅਸੀਂ ਪੰਜਾਬ ਤੋਂ ਬਾਹਰ ਚਲੇ ਜਾਈਏ ਜਾਂ ਇੱਧਰ ਯੂਪੀ ਵੱਲ ਜਾਂ ਹੋਰ ਅਗਲੇ ਕਿਸੇ ਪ੍ਰਾਂਤਾਂ ਵੱਲ, ਅਤੇ ਮਜ਼ਾਕ ਵਿੱਚ ਹੀ ਕਹਿ ਦਿੰਦੇ ਨੇ ਇਹ ਸਿੱਖੜੇ ਨੇ।
ਇਹ ਸਿੱਖੜਿਆਂ ਦਾ ਧਰਮ ਹੈ। ਮਹਾਰਾਜ ਨੇ ਕਿੱਡੇ ਪ੍ਰੇਮ ਵਿੱਚ ਕਿਹਾ, ਜੋ ਦਿਸੈ ਗੁਰ ਸਿੱਖੜਾ, ਜੋ ਵੀ ਭਾਈ ਗੁਰੂ ਕੀ ਸਿੱਖਿਆ ਦੇਣ ਵਾਲਾ, ਗੁਰੂ ਕਾ ਪਿਆਰਾ ਸੰਤ ਭਗਤ, ਗੁਰੂ ਕਾ ਸਿੱਖ ਦਿਸੇ, ਦਿਸ ਨਿਵ ਨਿਵ ਲਾਗੂ ਪਾਏ ਜੀਓ। ਉਹਦੇ ਤੇ ਤਰਕ ਨਾ ਕਰੋ, ਉਹਦੇ ਤੇ ਮਨ ਦਾ ਮਾਣ ਛੱਡ ਕੇ, ਤਨ ਦਾ ਤਾਣ ਤਿਆਗ ਕੇ, ਉਹਦੇ ਨਾਲ ਅਭੇਤਾ ਪਾਉਣੀ ਕਰੋ, ਉਹਦੇ ਚਰਨਾਂ ਵਿੱਚ ਜੁੜਨਾ ਕਰੋ, ਉਹਦੀ ਸੰਗਤ ਵਿੱਚ ਰਹਿਣਾ ਕਰੋ, ਉਹਦੇ ਤੋਂ ਗੁਣ ਸਿੱਖਣ ਦੀ ਆਦਤ ਪਾਓ ਕਿ ਹੇ ਗੁਰਸਿੱਖਾ, ਸਾਨੂੰ ਵੀ ਕੁਝ ਗੁਣਾਂ ਦੀ ਸਾਂਝ ਕਰਕੇ ਇਹਨਾਂ ਗੁਣਾਂ ਦੇ ਨਾਲ ਸਾਨੂੰ ਆਪ ਬਖਸ਼ਿਸ਼ ਕਰ ਦਿਓ, ਸਾਨੂੰ ਵੀ ਗੁਣਾਂ ਦਾ ਖਜ਼ਾਨਾ ਬਖਸ਼ੋ। ਆਖਾ ਬਿਰਥਾ ਜੀਅਕੀ। ਫਿਰ ਭਾਈ ਇੱਥੇ ਲੱਜਿਆ ਸਹਿਤ ਨਹੀਂ ਰਹਿਣਾ ਚਾਹੀਦਾ ਕਿ ਮੈਂ ਆਪਣੇ ਔਗੁਣ ਕਿਉਂ ਦੱਸਾਂ। ਸਾਡਾ ਸੁਭਾਅ ਹੈ ਨਾ, ਅਸੀਂ ਜਿੰਨੇ ਗੁਣ ਹੈ ਉਹ ਪ੍ਰਗਟ ਕਰਦੇ ਹਾਂ। ਕਬੀਰ ਜੇਤੇ ਪਾਪ ਕੀ ਰਾਖੈ ਤਲੈ ਦਰਾਏ, ਪ੍ਰਗਟ ਪਏ ਨਦਾਨ ਸਾਹਿਬ ਜਾ ਪੁੱਛਿਆ ਧਰਮ ਰਾਏ। ਕਹਿੰਦੇ ਭਾਈ ਇਹ ਪ੍ਰਗਟ ਤਾਂ ਹੋ ਹੀ ਜਾਣੇ ਆ, ਉੱਥੇ ਜੋ ਪ੍ਰਗਟ ਹੋਣੇ ਆ। ਅਤੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਦਿਸਦਾ ਹੈ, ਆਖਾਂ ਬਿਰਥਾ ਜੀ ਕੀ, ਉਹਨਾਂ ਨੂੰ ਆਪਣੇ ਅੰਦਰ ਦੀ ਹਾਲਤ ਦੱਸੋ ਕਿ ਗੁਰੂ ਕੇ ਸਿੱਖਾ, ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਵਿਕਾਰੀ ਹੈ, ਵਿਭਚਾਰੀ ਹੈ, ਮੇਰਾ ਮਨ ਨਸ਼ਿਆਂ ਦੇ ਵਿੱਚ ਭੜਕਦਾ ਫਿਰਦਾ ਹੈ। ਇਹ ਜੇ ਜਿਹੜੀ ਜੀ ਦੀ ਅੰਦਰ ਦੀ ਬਿਰਥਾ ਹੈ ਨਾ, ਜੇ ਜੋ ਜੀ ਦੇ ਅੰਦਰ ਦੇ ਹਾਲਾਤ ਨੇ, ਹਾਲ ਬਣਿਆ ਹੋਇਆ ਸਾਡੇ ਅੰਦਰ, ਖਲਬਲੀ ਮਚਾਈ ਹੋਈ ਆ ਸਾਡੇ ਵਿੱਚ ਔਗਣਾਂ ਨੇ, ਵਿਸ਼ਿਆਂ ਨੇ, ਵਿਕਾਰਾਂ ਨੇ, ਇਹ ਹਾਲਤ ਉਹਨਾਂ ਗੁਰੂ ਕੇ ਸਿੱਖਾਂ ਨੂੰ ਦੱਸਣੀ ਕਰੀਏ ਜਿਹੜੇ ਆਪ ਟਿਕੇ ਹੋਏ ਨੇ, ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਨੇ। ਉਹਨਾਂ ਕੋਲ ਆਪਣੇ ਜੀ ਦੀ, ਆਪਣੇ ਅੰਦਰ ਦੀ ਸਾਰੀ ਹਾਲਾਤ ਦੱਸਣਾ ਕਰੀਏ। ਗੁਰ ਸੱਜਣ ਦੇਹੇ ਮਿਲਾਏ ਜੀਓ। ਫਿਰ ਆਪਾਂ ਉਹਦੇ ਮੂਹਰੇ ਨਿਮਰਤਾ ਸਹਿਤ ਬੇਨਤੀ ਕਰੀਏ ਕਿ ਸੱਜਣਾ, ਤੂੰ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਕਰ ਦੇ। ਗੁਰਸੱਜਣ ਦੇਵ ਮਿਲਾਏ ਜੀ, ਤੂੰ ਤੇ ਮਿਲਿਆ ਹੋਇਆ, ਤੁਹਾਡੇ ਉੱਪਰ ਤੇ ਵਾਹਿਗੁਰੂ ਦੀ ਕਿਰਪਾ ਹੈ, ਤੇ ਜੇ ਤੂੰ ਸਾਨੂੰ ਗੁਣ ਬਖਸ਼ੇ, ਸਿੱਧਾ ਰਸਤਾ ਦਰਸਾ ਦੇਵੇਂ, ਤੇ ਅਸੀਂ ਵੀ ਉਸ ਸੱਜਣ ਨਾਲ, ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠੇ ਹਾਂ ਸੋ ਹੀ ਹੈ, ਸਭਨਾਂ ਦਾ ਵੇ ਸਾਹੋ, ਉਹ ਸੱਜਣ ਦੇ ਨਾਲ, ਵਾਹਿਗੁਰੂ ਦੇ ਨਾਲ ਸਾਨੂੰ ਮਿਲਾਪ ਕਰਵਾ ਦੇਵੋ। ਸੋਈ ਦਾਸ ਉਪਦੇਸੜਾ। ਗੁਰੂ ਕੇ ਸਿੱਖਾ, ਹੇ ਸੰਤ ਮਹਾਂਪੁਰਖੋ, ਸਾਨੂੰ ਇਹੋ ਜਿਹਾ ਉਪਦੇਸ਼ ਦੱਸਣਾ ਕਰੋ ਜਿਹੜਾ ਮਹਾਰਾਜ ਸਾਨੂੰ ਇਹਨਾਂ ਵਿਸ਼ਿਆਂ ਵਿਕਾਰਾਂ ਤੋਂ ਬਚਾ ਲਵੇ, ਸਿੱਧੇ ਰਸਤੇ ਤੇ ਪਾ ਦੇਵੇ, ਇਹੋ ਜਿਹਾ ਕੋਈ ਉਪਦੇਸ਼ ਬਖਸ਼ਿਸ਼ ਕਰੋ। ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ। ਇਹ ਜੀ ਦੀ ਬਿਰਥਾ ਹੈ ਕਿ ਮੇਰਾ ਮਨ ਜਿਹੜਾ ਨਾ ਭੜਕਦਾ ਹੀ ਫਿਰਦਾ, ਇੱਧਰ ਉੱਧਰ ਦੌੜਦਾ ਹੈ। ਐਸੀ ਕਿਰਪਾ ਕਰੋ, ਸੋਈ ਦੱਸ ਉਪਦੇਸੜਾ, ਐਸਾ ਉਪਦੇਸ਼ ਦੱਸ ਦਿਓ ਮਹਾਰਾਜ ਕਿ ਮੇਰਾ ਮਨ ਜਿਹੜਾ ਨਾ ਹੋਰ ਕਿਸੇ ਥਾਂ 'ਤੇ ਨਾ ਜਾਵੇ। ਇਹ ਭਟਕ ਜਾਂਦਾ ਹੈ ਕਿ ਫਲਾਨੇ ਕੋਲ ਬੜੀ ਸ਼ਕਤੀ ਹੈ, ਮੈਂ ਉਹਦਾ ਜਾ ਕੇ ਗੁਣ ਗਾਵਾਂ, ਉਹਦੇ ਜਾ ਕੇ ਸੋਹਲੇ ਗਾਉਂਦਾ ਰਵਾਂ, ਅਤੇ ਜਾਂ ਇੱਧਰ ਉੱਧਰ ਹੋਰਨਾਂ ਥਾਵਾਂ 'ਤੇ ਗੁਰੂ ਕੇ ਦਰ ਨੂੰ ਛੱਡ ਕੇ ਹੋਰਨਾਂ ਦਰਾਂ 'ਤੇ ਭੜਕਦਾ ਫਿਰਦਾ ਹੈ। ਹੇ ਗੁਰੂ ਕੇ ਸਿੱਖਾ, ਕਿਰਪਾ ਕਰ ਦੇ, ਹੇ ਮਹਾਂਪੁਰਖੋ, ਸਾਡੇ ਉੱਪਰ ਵੀ ਰਹਿਮਤ ਕਰ ਦਿਓ, ਕਿਰਪਾ ਕਰ ਦਿਓ ਕਿ ਸਾਡਾ ਮਨ ਗੁਰੂ ਕੇ ਦਰ ਨੂੰ ਛੱਡ ਕੇ ਕਿਸੇ ਹੋਰ ਦਰ 'ਤੇ ਨਾ ਝੁਕੇ, ਹੋਰ ਦਰ 'ਤੇ ਨਾ ਜਾਵੇ, ਹੋਰ ਦਰ 'ਤੇ ਸ਼ਰਧਾ ਹੀ ਨਾ ਰੱਖੇ। ਕੇਵਲ ਸ਼ਰਧਾ ਰੱਖੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸ਼ਰਧਾ ਰੱਖੇ। ਐਸੀ ਕਿਰਪਾ ਕਰ ਦਿਓ।
ਇਹੋ ਮਨ ਤਾ ਕੂੰ ਦੇਵਸਾ। ਤੇ ਫਿਰ ਉਹ ਸੰਤ ਮਹਾਂਪੁਰਖ ਪੁੱਛਦੇ ਨੇ ਕਿ ਭਾਈ ਇੱਥੇ ਦਾ ਜਿਹੜਾ ਮੁੱਲ ਹੈ ਨਾ, ਇਹ ਕਿਸੇ ਕੀਮਤ ਨਾਲ ਨਹੀਂ ਹੋ ਸਕਦਾ ਕਿ ਤੂੰ ਮੈਨੂੰ ਚਾਰ ਛਿੱਲੜ ਦੇ ਦੇਵੇਂ ਅਤੇ ਕਵੇਂ ਕਿ ਮੈਨੂੰ ਮਨ ਦਾ ਟਿਕਾ ਦੇ ਦੇ, ਮੈਂ ਤੈਨੂੰ ਟਿਕਾ ਦੇ ਦਿਆਂ। ਇਹ ਸੰਸਾਰ ਵਿੱਚ ਚੱਲਦਾ ਹੈ ਕਿ ਤੁਸੀਂ ਸਾਡੇ ਘਰੇ ਗਹਿਣਾ ਦਿਓ, ਸੋਨਾ ਦਿਓ ਅਤੇ ਅਸੀਂ ਤੁਹਾਨੂੰ ਪੁੜੀ ਬਣਾ ਕੇ ਦੇ ਦਿਆਂਗੇ, ਉਹਦੇ ਨਾਲ ਤੁਹਾਡਾ ਪਾਰ ਉਤਾਰਾ ਹੋ ਜਾਵੇਗਾ। ਇਹ ਸਭ ਵਹਿਮ ਅਤੇ ਪਖੰਡ ਅਤੇ ਠੱਗੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਹ ਗੁਰੂ ਕੇ ਸਿੱਖ ਪਿਆਰੇ ਜਿਹੜੇ ਆਪ ਪਰਮਾਤਮਾ ਨਾਲ ਜੁੜੇ ਹੋਏ ਨੇ, ਉਹ ਫਿਰ ਪੁੱਛਦੇ ਨੇ ਕਿ ਭਾਈ ਇੱਥੇ ਤਾਂ ਮਨ ਦੇਣਾ ਪੈਣਾ, ਮਨ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਈਆ ਹੈ ਮੋਲ। ਪੁੱਛਿਆ ਸੀ ਭਗਤਾਂ ਨੂੰ ਕਿ ਇਹ ਪਰਮਾਤਮਾ ਕਿਵੇਂ ਪ੍ਰਾਪਤ ਹੋਇਆ, ਕਹਿੰਦੇ ਕੋਈ ਸੋਨੇ ਚਾਂਦੀ ਨਾ ਹੋ ਗਿਆ, ਕਹਿੰਦੇ ਨਹੀਂ ਕੰਚਨ ਸਿਉਂ ਪਾਈਆ ਨਹੀਂ ਤੋਲ। ਉਹ ਪਰਮਾਤਮਾ ਦਾ ਮੁੱਲ ਕੰਚਨ ਸੋਨੇ ਨਾਲ ਪਾ ਦਿਓਗੇ? ਨਹੀਂ ਭਾਈ, ਇਹ ਤਾਂ ਮਨ ਦੇ ਕੇ ਚਰਨਾਂ ਵਿੱਚ ਮਨ ਭੇਟਾ ਕਰਕੇ, ਤਾਂ ਜੀ ਮਹਾਰਾਜ ਨੇ ਕਿਹਾ ਨਾ ਕਿ ਇੱਥੇ ਇਹ ਮਨ ਦੇ ਖਿਆਲ ਛੱਡ ਦੇਣੇ ਚਾਹੀਦੇ ਆ ਕਿ ਮੇਰੇ ਕੋਲ ਸਾਧਨ ਨਹੀਂ, ਮੈਂ ਗਰੀਬ ਹਾਂ, ਮੇਰੇ ਕੋਲ ਧਨ ਘੱਟ ਹੈ, ਮੇਰੇ ਕੋਲ ਵਿੱਦਿਆ ਘੱਟ ਹੈ। ਨਹੀਂ, ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਕਹਿੰਦੇ ਤਾਂ ਭੁਲੇਖਾ ਹੀ ਨਹੀਂ ਭਾਈ, ਇਹ ਤਾਂ ਕੋਈ ਕਿਸੇ ਕਿਸਮ ਦੀ ਸ਼ੰਕਾ ਹੀ ਨਹੀਂ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਭਗਤ ਪੁੱਛਦੇ ਨੇ ਫਿਰ ਦੇਗਾ ਕੀ? ਅਤੇ ਫਿਰ ਗੁਰੂ ਕਾ ਸਿੱਖ ਟਕਾ ਵਿੱਚ ਆ ਕੇ ਕਹਿੰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਇਹੋ ਮਨ ਤੈਂ ਕੋ ਦੇਵ ਸਾਂ, ਇਹ ਮਨ ਹੀ ਤੈਨੂੰ ਦੇ ਦੇਵਾਂ ਮਹਾਰਾਜ ਦੀ ਭੇਟਾ ਕਰ ਦੇਵਾਂ ਕਿ ਮੇਰਾ ਮਨ ਜੇ ਟਿਕ ਜਾਵੇ ਮੈਂ ਮਨ ਹੀ ਅਰਪਣ ਕਰ ਦੇਵਾਂ। ਮੈਂ ਮਾਰਗ ਦੇਹੋ ਬਤਾਏ ਜੀਓ, ਪਰ ਮੈਨੂੰ ਉਹ ਮਾਰਗ, ਗੁਰਸਿੱਖੀ ਦਾ ਮਾਰਗ ਜਿਹਦੇ ਤੇ ਚੱਲ ਕੇ ਉਹਦੇ ਵਿੱਚ ਅਭੇਦਤਾ ਹੋ ਜਾਵੇ, ਉਹਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਵਾਹਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਨਾ, ਕਿਹਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਤਾਂ ਭਾਈ ਇਹ ਪ੍ਰਾਪਤੀ ਹੋਣੀ ਹੈ। ਅਤੇ ਗੁਰੂ ਕਾ ਸਿੱਖ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਵੀ ਪੁੱਛਦੇ ਨੇ ਕਿ ਭਾਈ ਮਨ ਭੇਟਾ ਕਰੇਗਾ? ਹਾਂ, ਕਹਿੰਦੇ ਮਹਾਰਾਜ ਤੁਹਾਡੇ ਚਰਨਾਂ ਵਿੱਚ, ਗੁਰੂ ਕੇ ਚਰਨਾਂ ਵਿੱਚ, ਗੁਰੂ ਕੇ ਸ਼ਬਦ ਵਿੱਚ ਮਨ ਭੇਟਾ ਕਰ ਦਿੰਦੇ ਹਾਂ, ਪਰ ਸਾਨੂੰ ਇਹ ਸਿੱਖੀ ਦਾ ਮਾਰਗ ਦੱਸਣਾ ਕਰੋ ਜੀ। ਹਾਂ ਆਇਆ ਦੂਰ ਹੋ ਚੱਲ ਕਾ, ਉਹ ਭਾਈ ਕਾਹਲੀ ਕਾਹਦੀ ਹੈ, ਤੂੰ ਇੰਨੀਆਂ ਗੱਲਾਂ ਕਰਕੇ ਇੰਨੀ ਤੇਜ਼ੀ ਕਿਸ ਗੱਲ ਦੀ ਕਰਦਾ, ਕਾਹਲੀ ਕਿਉਂ ਕਰਦਾ? ਕਹਿੰਦੇ ਹੁਣ ਮੈਨੂੰ ਇਸ ਗੱਲ ਦਾ ਭੇਦ ਖੁੱਲ ਗਿਆ ਕਿ ਮੈਂ ਤਾਂ ਬੜੀਆਂ ਜੂਨਾਂ ਦੇ ਵਿੱਚੋਂ ਕਈ ਤਰ੍ਹਾਂ ਭਟਕਦਾ ਆਇਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਮੈਂ ਤਾਂ ਘੁੰਮਦਾ ਰਿਹਾ। ਮਹਾਰਾਜ ਹੁਣ ਮੈਨੂੰ ਮਨੁੱਖਾ ਜਨਮ ਮਿਲਿਆ, ਚਿਰੰਕਾਲ ਦੇਹ ਸੰਜਰੀਆ, ਮਹਾਰਾਜ ਬੜੇ ਚਿਰ ਤੋਂ ਬਾਅਦ ਇਹ ਦੇਹ ਦੀ ਸਿਰਜਣਾ ਹੋਈ ਮਨੁੱਖਾ ਜਨਮ ਦੀ, ਇਸ ਕਰਕੇ ਮੈਂ ਕਾਹਲੀ ਕਰਦਾ। ਮੈਂ ਆਇਆ ਦੂਰੋਂ ਚੱਲ ਕੇ, ਬੜੀਆਂ ਟੇਢੀਆਂ ਜੂਨਾਂ ਵਿੱਚੋਂ, 84 ਲੱਖ ਜੂਨਾਂ ਵਿੱਚੋਂ ਘੁੰਮਦਾ ਹੋਇਆ ਮੈਂ ਆਇਆ ਹੈ। ਬੜੀ ਲੰਬੀ ਵਾਟ ਤੋਂ ਬਾਅਦ ਇਸ ਗੁਰੂ ਕੇ ਦਰ ਦਾ ਇੱਕ ਰਸਤਾ ਪ੍ਰਾਪਤ ਹੋਣ ਲੱਗਾ, ਇਸ ਕਰਕੇ ਕਾਹਲੀ ਕਰਦਾ ਕਿ ਮੈਨੂੰ ਇਸ ਰਸਤੇ ਮਾਰਗ ਦਾ ਦੱਸਣਾ ਕਰੋ ਭੇਦ, ਤਾਂ ਕਿ ਅਸੀਂ ਇਹ ਰਸਤੇ 'ਤੇ ਚੱਲ ਪਈਏ। ਮੈਂ ਬੜੀ ਦੂਰੋਂ ਚੱਲ ਕੇ ਆਪਦੇ ਚਰਨਾਂ ਵਿੱਚ ਆਇਆ ਹਾਂ। ਮੈਂ ਤੱਕੀ ਤੋ ਸਰਨਾਏ ਜੀਓ, ਹੋਰ ਤਰ ਬੜੇ ਦੇਖੇ ਨੇ, ਪਰ ਕੋਈ ਲੋਕ ਪ੍ਰਲੋਕ ਦੇ ਸੁੱਖ ਦੇਣ ਨੂੰ ਸਮਰੱਥ ਨਹੀਂ, ਕੋਈ ਇਹੋ ਜਿਹਾ ਦਰ ਨਹੀਂ ਜਿਹੜਾ ਰਸਤਾ ਦਿਖਾਵੇ ਅਤੇ ਪਰਮਾਤਮਾ ਵਿੱਚ ਅਭੇਦ ਹੋਣ ਦਾ ਰਾਹ ਖੁੱਲ੍ਹ ਜਾਵੇ।
ਕੋਈ ਡਰ ਨਹੀਂ ਇਹੋ ਜਿਹਾ, ਮੈਂ ਬੜੇ ਡਰ ਦੇਖੇ ਨੇ, ਇਸ ਕਰਕੇ ਮੈਂ ਤੇ ਆ ਇਸ ਰਸਤੇ ਦੇ ਇਸ ਡਰ ਦੀ ਸ਼ਰਨ ਤਕਾਈ ਹੈ। ਮੈਂ ਆਸਾ ਰੱਖੀ ਚਿੱਤ ਮਹ, ਮੈਂ ਤੇ ਮਹਾਰਾਜ ਇਹੀ ਮਨ ਵਿੱਚ ਆਸਾ ਰੱਖੀ ਹੋਈ ਹੈ, ਮੇਰੇ ਮਨ ਵਿੱਚ ਇਹ ਭਰੋਸਾ ਹੈ। ਮੇਰਾ ਸਭੋ ਦੁੱਖ ਗਵਾਏ ਜੀਓ, ਇੱਕ ਦੁੱਖ ਤੇ ਹੈ ਨਹੀਂ, ਬੇਅੰਤ ਦੁੱਖ ਨੇ, ਵਿਸ਼ਿਆਂ ਵਿਕਾਰਾਂ ਦੇ ਦੁੱਖ, ਸਰੀਰਕ ਦੁੱਖ, ਮਾਨਸਿਕ ਦੁੱਖ, ਇਹ ਤਾਂ ਦੁੱਖਾਂ ਦਾ ਭਰਿਆ ਹੋਇਆ, ਦੁੱਖੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਸੁੱਖ ਤੇ ਕੋਈ ਹੈ ਹੀ ਨਹੀਂ। ਜਰਾ ਕਿਸੇ ਦੇ ਪਾਸ ਬੈਠੋ, ਕੀ ਗੱਲ ਹੈ ਭਾਈ, ਕਹਿੰਦੇ ਡਿਪਰੈਸ਼ਨ ਹੋ ਗਈ, ਮੈਨੂੰ ਬੜੀ ਚਿੰਤਾ ਰਹਿੰਦੀ ਹੈ, ਫਿਰ ਭਾਈ ਗੋਲੀਆਂ ਲੈ ਕੇ ਸੌਵੋ, ਅਤੇ ਜਦੋਂ ਨੀਂਦ ਖੁੱਲ੍ਹੇਗੀ ਫਿਰ ਉਹ ਚਿੰਤਾ ਸਿਰ 'ਤੇ ਖੜੀ ਹੈ, ਅਤੇ ਜੇ ਭਾਈ ਗੁਰੂ ਕੀ ਬਾਣੀ ਦਾ ਇਹ ਔਖਦ ਖਾ ਲਓ, ਸਰਬ ਰੋਗ ਔਖਦ ਨਾਮ ਪੜ੍ਹੋ, ਮਨ ਲਾ ਕੇ ਸੁਖਮਨੀ ਸਾਹਿਬ, ਟਾਈਮ ਹੈਗਾ ਤਾਂ ਦੋ ਵਾਰੀ ਪੜ੍ਹੋ ਅਤੇ ਫਿਰ ਦੇਖੋ ਡਿਪਰੈਸ਼ਨ ਰਹਿ ਜਾਏਗਾ। ਆਪਾਂ ਤਾਂ ਉਦਮ ਕਰਨਾ ਹੀ ਨਹੀਂ, ਸਿਰਫ ਗੱਲਾਂ ਹੀ ਕਰਨੀਆਂ, ਅਤੇ ਫਿਰ ਭਾਈ ਦੁੱਖ ਦਾਰੂ ਦਵਾਈ ਖਾਧੇ ਤੋਂ ਬਿਨਾਂ ਦੁੱਖ ਮਿਟੇਗਾ ਕਿਵੇਂ? ਵੈਦ ਵੈਦ ਕਹੇ ਰੋਗ ਨਾ ਮਿਟਤ ਹੈ। ਭਾਈ ਗੁਰਦਾਸ ਜੀ ਕਹਿੰਦੇ ਕਈ ਜੋ ਫਲਾਨਾ ਵੈਦ ਬੜਾ ਚੰਗਾ ਹੈ, ਸੁਖਨੀ ਸਾਹਿਬ ਦੇ ਪਾਠ ਵਿੱਚ ਬੜੀਆਂ ਬਰਕਤਾਂ ਨੇ, ਕਈ ਚੱਲੋ, ਪਰ ਜਦੋਂ ਪੜ੍ਹਾਂਗੇ ਨਹੀਂ, ਸੁਖਮਨੀ ਸਾਹਿਬ ਨਾਲ ਚਿੱਤ ਜੋੜਾਂਗੇ ਨਹੀਂ, ਜਪਜੀ ਸਾਹਿਬ ਜੀ ਨਾਲ ਚਿੱਤ ਜੋੜਾਂਗੇ ਨਹੀਂ, ਇੱਕ ਉਹ ਓਅੰਕਾਰ ਤੋਂ ਲੈ ਕੇ 18, 10, 20 ਤੱਕ ਅੰਮ੍ਰਿਤ ਰੂਪ ਗੁਰੂ ਕੀ ਬਾਣੀ ਹੈ। ਅਤੇ ਜਦੋਂ ਭਾਈ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਧੁਰ ਕੀ ਬਾਣੀ ਜਿਹਨਾਂ ਗੁਰਮੁਖ ਪਿਆਰਿਆਂ ਨੂੰ ਯਾਦ ਹੈ, ਬਹੁਤ ਪੜ੍ਹਦੇ ਨੇ, ਬਹੁਤ ਸਮਾਂ ਲਾਉਂਦੇ ਨੇ, ਬੜੇ ਵਡਭਾਗੀ ਨੇ, ਪਰ ਉਹਨਾਂ ਨੂੰ ਵੀ ਅਰਦਾਸ ਕਰਨੀ ਚਾਹੀਦੀ ਹੈ। ਕਿਤੇ ਪਰਮਾਤਮਾ ਨੇ ਭਾਂਡੇ ਘੜੇ ਸੀਗੇ ਮਿੱਟੀ ਦੇ ਭਾਂਡਿਆਂ ਵਿੱਚ, ਕਾਹੂ ਮੈਂ ਮੋਤੀ ਮੁਖਤਾਹਲ, ਕਾਹੂ ਵਿਆਦ ਲਗਾਈ, ਕਿਸੇ ਭਾਂਡੇ ਦੇ ਵਿੱਚ ਮੋਤੀ ਪਾਏ ਹੋਏ ਨੇ, ਹੀਰੇ ਪਾਏ ਹੋਏ, ਸੋਨਾ ਪਾਇਆ ਹੋਇਆ, ਅਤੇ ਉਹਨਾਂ ਕੁਜਿਆਂ ਨੂੰ ਲਾਲ ਕੱਪੜਿਆਂ ਵਿੱਚ ਲਪੇਟ ਕੇ, ਸੋਹਣੇ ਪਸ਼ਮੀਨੇ ਦੇ ਕੱਪੜਿਆਂ ਵਿੱਚ ਬੰਨ੍ਹ ਕੇ ਪੇਟੀਆਂ ਵਿੱਚ ਅਲਮਾਰੀਆਂ ਵਿੱਚ ਰੱਖਦੇ ਹਾਂ, ਅਤੇ ਕਈ ਉਹਦੇ ਉਸੇ ਨਾਲ ਦੀ ਮਿੱਟੀ ਦੇ ਹੋਰ ਭਾਂਡੇ ਬਣੇ ਹੁੰਦੇ ਆ, ਉਹ ਵੰਡ ਵਡੇਵੇਂ ਵਾਲੇ ਭਾਂਡਿਆਂ ਨੂੰ ਲਾ ਲਈਦੇ, ਜਿਹਨੂੰ ਅੱਜ ਡਸਟਬੀਨ ਕਹਿ ਦਿੰਦੇ ਹਾਂ, ਉਹੋ ਜਿਹੇ ਥਾਂ 'ਤੇ ਲਾ ਲਈਦੇ ਆ, ਅਤੇ ਉਹਨੂੰ ਬਾਹਰ ਗੇਟ ਕੋਲ ਰੱਖਿਆ ਜਾਂਦਾ ਵੀ ਇਹਦੇ 'ਚ ਬਦਬੂ ਆਉਂਦੀ ਆ, ਭਾਂਡੇ ਉਹੀ ਹੁੰਦੇ ਆ। ਇਸ ਕਰਕੇ ਸਾਨੂੰ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਇਸ ਮਿੱਟੀ ਦੇ ਭਾਂਡੇ ਵਿੱਚ ਤੁਸੀਂ ਨਾਮ ਰੂਪ ਮੋਤੀ ਅਤੇ ਹੀਰੇ ਰੱਖੇ ਹੈ, ਇਹ ਤੁਹਾਡੀ ਬਖਸ਼ਿਸ਼ ਹੈ ਮਹਾਰਾਜ, ਤੁਹਾਡੀ ਇਮਾਨਤਾ ਤੁਸੀਂ ਰੱਖੇ ਹੈ ਨਾ, ਰੱਖੇ ਤੁਸੀਂ ਆ, ਅਤੇ ਜੈ ਜੈਕਾਰ ਸਾਡੀ ਹੋ ਰਹੀ ਮਹਾਰਾਜ, ਇਹਨਾਂ ਭਾਂਡਿਆਂ ਵਿੱਚ ਤੁਸੀਂ ਇਹ ਗੁਣ ਟਕਾਏ ਨੇ, ਇਹ ਆਪ ਜੀ ਦਾ ਬਹੁਤ ਬਹੁਤ ਸ਼ੁਕਰ ਹੈ, ਧੰਨਵਾਦ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਐਸਾ ਸਾਨੂੰ ਰਾਹ ਬਤਾਉਣਾ ਕਰੋ, ਰਾਹ ਦੱਸ ਦਿਓ, ਕਿਰਪਾ ਕਰ ਦਿਓ ਮਹਾਰਾਜ ਜੀ। ਇਤ ਮਾਰਗ ਚੱਲੇ ਭਾਈ ਅੜੇ, ਮੈਂ ਆਸਾ ਰੱਖੀ ਚਿੱਤ ਵਿੱਚ, ਮਹਾਰਾਜ ਮੈਂ ਤਾਂ ਆਸਾ ਰੱਖੀ ਸੀ ਕਿ ਮੇਰੇ ਸਾਰੇ ਹੀ ਦੁੱਖ ਗਵਾ ਦਿਓ, ਮੇਰੇ ਵਿੱਚ ਕੋਈ ਕਿਸੇ ਕਿਸਮ ਦਾ ਈਰਖਾ ਦਾ ਬਖੀਲੀ ਦਾ, ਸਾਨੂੰ ਇੱਕ ਬਹੁਤ ਵੱਡਾ ਹੋਰ ਦੁੱਖ ਚੁੰਬੜਿਆ ਹੋਇਆ ਕਿ ਜੇ ਕਿਸੇ ਨੂੰ ਕੋਈ ਗੁਣ ਮਿਲ ਗਿਆ, ਕਿਸੇ ਦੀ ਕੋਈ ਵਡਿਆਈ ਹੋ ਗਈ, ਉਹਦਾ ਸਾਨੂੰ ਸਾੜਾ ਬਣ ਜਾਂਦਾ ਵੀ ਇਹਨੂੰ ਇੰਨੇ ਵੱਡੇ ਸੁੱਖ ਕਿਉਂ ਦੇ ਦਿੱਤੇ। ਮਹਾਰਾਜ ਇਹ ਸਾਰੀ ਆਸਾ ਤ੍ਰਿਸ਼ਨਾ ਈਰਖਾ ਬਖੀਲੀ ਸਾਰੇ ਦੁੱਖ ਮਹਾਰਾਜ ਸਾਡੇ ਵਿੱਚੋਂ ਮੇਟ ਦਿਓ। ਇਹ ਤਾਂ ਮਾਰਗ ਚੱਲੇ ਭਾਈ ਅੜੇ, ਅਤੇ ਫਿਰ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਤੱਤਵ ਉੱਤੇ ਬ੍ਰਹਮ ਗਿਆਨੀ ਉਪਦੇਸ਼ ਦਿੰਦੇ ਹਨ ਕਿ ਜੇ ਭਾਈ
ਇਸ ਮਾਰਗ ਤੇ ਗੁਰੂ ਕੇ ਮਾਰਗ ਤੇ ਤੂੰ ਚੱਲ ਪਵੇ। ਗੁਰ ਕਹੈ ਸੋ ਕਾਰ ਕਮਾਏ ਜੀਉ, ਜੋ ਭਾਈ ਗੁਰੂ ਨੇ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਜੋ ਗੁਰੂ ਨੇ ਬਚਨ ਕੀਤੇ ਗੁਰੂ ਨੇ ਹੁਕਮ ਕੀਤਾ ਹੈ ਉਸ ਨੂੰ ਕਮਾਉਣਾ ਕਰੇ, ਉਸ ਰਾਹ ਤੇ ਚੱਲ ਪਵੇ, ਗੁਰੂ ਕੇ ਹੁਕਮ ਤੇ ਭਰੋਸਾ ਰੱਖੇ। ਤਿਆਗੇ ਮਨ ਕੀ ਮਤੋੜੀ, ਆਪਣੇ ਮਨ ਦੀ ਮਤ ਤਿਆਗਦੇ ਹੈ ਕੰਮ ਔਖਾ, ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਣੀ ਹੈ ਕਠਿਨ ਪਰ ਛੱਡ ਦਿਓ ਕਹਿੰਦੇ ਆਪਦੀਆਂ ਮਨ ਦੀਆਂ ਉਹ ਜਤਾਂ। ਵਿਸਾਰੇ ਦੂਜਾ ਭਾਉ ਜੀਓ, ਜਿਹੜੀ ਦਵੈਤ ਭਾਵਨਾ ਨਾ ਉਹ ਮਨ ਵਿੱਚੋਂ ਵਿਸਾਰ ਦੇ। ਹੁਣ ਉਹ ਤਤਵੇ ਤੇ ਆਪਾਂ ਨੂੰ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਕਿ ਭਾਈ ਮਨ ਦੇ ਵਿੱਚੋਂ ਦੁਵੈਸ਼ ਭਾਵ ਤਿਆਗ ਦੇਵੋ। ਇਉਂ ਪਾਵਹਿ ਹਰ ਦਰਸਾਵੜਾ, ਭਾਈ ਇਹ ਇੱਕ ਰਸਤਾ ਹੈ, ਇਸ ਰਸਤੇ ਤੇ ਚੱਲ ਕੇ ਉਹ ਸਰੀ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਨਹਿ ਲੱਗਾ ਤੱਤੀ ਵਾਉ ਜੀਓ, ਫਿਰ ਭਾਈ ਤੱਤੀ ਵਾਵ ਨਹੀਂ ਲੱਗੇਗੀ ਇਹ ਦੁਨੀਆਂ ਵਿੱਚ ਚੱਲਦਿਆਂ ਵੀ। ਮਹਾਰਾਜ ਸੱਚੇ ਪਾਤਸ਼ਾਹ ਜੀ ਅਨੇਕਾਂ ਹੀ ਸ਼ਬਦ ਆਪਾਂ ਨੂੰ ਬਖਸ਼ਿਸ਼ ਕੀਤੇ ਨੇ ਕਿ ਭਾਈ ਫਿਰ ਤੱਤੀ ਵਾ ਨਹੀਂ ਲੱਗ ਸਕਦੀ, ਉਹ ਤਾਂ ਗੁਰੂ ਕੇ ਪਿਆਰਿਆਂ ਨੂੰ ਹਮੇਸ਼ਾ ਹੀ ਉਹਨਾਂ ਦੇ ਹਿਰਦੇ ਵਿੱਚ ਠੰਡ ਵਰਤ ਜਾਂਦੀ ਹੈ। ਹਾਂ ਆਪੋ ਬੋਲ ਨਾ ਜਾਣਦਾ, ਮਹਾਰਾਜ ਜੀ ਇਹ ਆਪ ਜੀ ਨੇ ਕਿਰਪਾ ਕੀਤੀ ਹੈ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਆਪਦੇ ਕੋਲੋਂ ਕੁਝ ਨਹੀਂ ਕਿਹਾ, ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਹਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਤੇ ਭਾਈ ਜੋ ਹੁਕਮ ਹੋਇਆ ਨਾ ਅਕਾਲ ਪੁਰਖ ਵਾਹਿਗੁਰੂ ਦਾ, ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਦਾ ਕਰੀ ਗਿਆਨ ਵੇ ਲਾਲੋ, ਜੋ ਉਸ ਵਾਹਿਗੁਰੂ ਦਾ ਹੁਕਮ ਹੈ ਉਹ ਅਸੀਂ ਦੱਸ ਰਹੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਕੁਝ। ਹਰ ਭਗਤ ਖਜ਼ਾਨਾ ਬਖਸ਼ਿਆ, ਕਿਵੇਂ ਕਹਿ ਰਹੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਵੇਂ ਪਤਾ ਲੱਗੇ ਕਿ ਇਹ ਹੁਕਮ ਉੱਪਰੋਂ ਆਇਆ ਹੈ? ਮਹਾਰਾਜ ਕਹਿੰਦੇ ਭਗਤੀ ਦਾ ਖਜ਼ਾਨਾ ਬਖਸ਼ਿਆ ਹੈ ਗੁਰੂ ਨਾਨਕ ਕੀਆ ਪਸਾਓ ਜੀਓ। ਕਿਵੇਂ ਬਖਸ਼ਿਆ ਹੈ? ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਭਗਤੀ ਦਾ ਖਜ਼ਾਨਾ ਦੇ ਕੇ ਧੰਨ ਗੁਰੂ ਨਾਨਕ ਸਾਹਿਬ ਨੂੰ ਪ੍ਰਗਟ ਕੀਤਾ ਸੰਸਾਰ ਵਿੱਚ, ਤੇ ਉਹਨਾਂ ਦੇ ਰਾਹੀਂ ਇਹ ਹੁਕਮ ਉਤਰੇ ਹਨ, ਤੇ ਉਹਨਾਂ ਨੇ ਜੋਤ ਅੱਗੇ ਜੋਤ ਵਿੱਚ ਮਿਲਾਈ ਹੈ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਕਹਿੰਦੇ ਭਾਈ ਗੁਰੂ ਨਾਨਕ ਦੀ ਜੋਤ ਸੰਸਾਰ ਵਿੱਚ ਆਈ, ਉਹ ਭਗਤੀ ਦੇ ਖਜ਼ਾਨੇ ਵਿੱਚੋਂ ਇਹ ਹੁਕਮ ਉਤਰ ਰਹੇ ਨੇ, ਤੇ ਇਹ ਸਾਰੀ ਧੁਰਕੀ ਬਾਣੀ ਉਸ ਅਕਾਲ ਪੁਰਖ ਦਾ ਹੁਕਮ ਹੈ। ਇਹ ਭਾਈ ਅਸੀਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਹੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਸਾਓ ਪਸਾਰਾ ਕਰਕੇ ਪ੍ਰਗਟ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਕਿਰਪਾ ਕੀਤੀ ਹੈ। ਮੈਂ ਬਾਹੁੜ ਨਾ ਤ੍ਰਿਸਨਾ ਭੁਖੋੜੀ, ਇਸ ਵਾਸਤੇ ਭਾਈ ਮੇਰੇ ਮਨ ਵਿੱਚ ਜੇ ਪਰਮਾਤਮਾ ਦਾ ਇਸ ਰਸਤੇ ਦੇ ਉੱਪਰ ਚੱਲਣ ਦਾ ਮਨ ਬਣ ਜਾਵੇ ਤੇ ਫਿਰ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗੇਗੀ। ਵਿਣਤਿਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦਿਓ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਕਿਸੇ ਤਰ੍ਹਾਂ ਦੀ ਭੁੱਖ ਰਹਿ ਨਹੀਂ ਜਾਵੇਗੀ। ਹਾਂ ਰਜਾ ਤ੍ਰਿਪਤ ਅਗਾਏ ਜੀਓ, ਸੱਚੇ ਪਾਤਸ਼ਾਹ ਜੀ ਹੁਣ ਤ੍ਰਿਪਤੀ ਹੋ ਗਈ ਇਹ ਦੁਨੀਆਂ ਦੇ ਪਦਾਰਥਾਂ ਵੱਲੋਂ ਵੀ, ਦੁਨੀਆਂ ਦੀ ਸੁਭਾ ਵਡਿਆਈ ਵੱਲੋਂ ਵੀ, ਦੁਨੀਆਂ ਦੀ ਦੌਲਤ ਵੱਲੋਂ ਵੀ ਤ੍ਰਿਪਤ ਹੋ ਗਏ। ਜੋ ਗੁਰ ਦੀ ਸਹਿ ਸਿੱਖੜਾ, ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਅਖੀਰ ਵਿੱਚ ਮੋਹਰ ਲਾਉਂਦੇ ਹਨ, ਇੱਕ ਵਾਰੀ ਨਾ ਨਾ ਗੱਲ ਸਮਝੀਏ, ਕਹਿੰਦੇ ਕਿਉਂ ਭਾਈ ਜਿਹੜੀ ਮੈਂ ਗੱਲ ਕਹਿੰਦਾ ਤੈਨੂੰ ਸਮਝ ਲੱਗ ਗਈ? ਇਹ ਤਸੱਲੀ ਕਰਾਉਂਦੇ ਨੇ, ਕਹਿੰਦੇ ਜੋ ਮੁੱਢ ਦੇ ਵਿੱਚ ਜੋ ਕਿਹਾ ਨਾ ਆਰੰਭਤਾ ਦੇ ਵਿੱਚ ਸਮਰਤੀ ਤੇ ਵੀ ਕਹਿ ਰਹੇ ਨੇ, ਜੋ ਗੁਰੂ ਕਾ ਸਿੱਖ ਨਾਮ ਬਾਣੀ ਵਾਲਾ
ਭਾਉ ਭਗਤੀ ਵਾਲਾ ਸੰਤ ਭਗਤ ਦਿਸਦਾ ਹੈ। ਤਿਸ ਨਿਵ ਨਿਵ ਲਾਗੋ ਪਾਏ ਜੀਉ ਸਹਿਤ ਸ਼ਰਧਾ ਸਹਿਤ ਇਹੋ ਜਿਹੇ ਗੁਰੂ ਕੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ। ਇਹ ਵੈਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਮੰਨ ਕੇ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਆਪ ਨੂੰ ਸਿੱਖ ਮੰਨ ਕੇ, ਧੰਨ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨ ਕੇ ਇਹ ਸ਼ਬਦਾਂ ਦਾ ਉਪਦੇਸ਼ ਦੇ ਰਹੇ ਹਨ। ਅਤੇ ਉਹਦੇ ਰਾਹੀਂ ਜਿਹੜੇ ਅਭੇਦਤਾ ਪਾ ਗਏ ਗੁਰੂ ਦੇ ਵਿੱਚ, ਨਾਮ ਦੇ ਵਿੱਚ, ਜਿਨ੍ਹਾਂ ਦੇ ਅੰਦਰ ਨਾਮ ਟਿਕ ਗਿਆ, ਮਹਾਰਾਜ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਈਏ, ਉਹਨਾਂ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਟਿਕਿਆ ਉਹਨਾਂ ਤੋਂ ਬਲਿਹਾਰ ਜਾਂਦੇ ਹੋਏ ਉਹਨਾਂ ਦੇ ਚਰਨਾਂ 'ਤੇ ਸ਼ਰਧਾ ਰੱਖੀਏ। ਜੋ ਦਿਸੈ ਗੁਰਸਿੱਖੜਾ, ਜਿਹੜਾ ਵੀ ਗੁਰਸਿੱਖ ਦਿਸਦਾ ਹੈ, ਤਿਸ ਨਿਵ ਨਿਵ ਲਾਗੋ ਪਾਏ ਜੀਉ, ਜੇ ਗੁਰੂ ਕੇ ਸਿੱਖਾਂ ਤੋਂ ਬਲਿਹਾਰ ਜਾਈਏ, ਮਨ ਦਾ ਮਾਣ ਛੱਡ ਕੇ, ਤਨ ਦਾ ਤਾਣ ਤਿਆਗ ਕੇ ਇਹੋ ਜਿਹੇ ਗੁਰਸਿੱਖਾਂ ਦੇ ਨਾਲ ਨਿਮਰਤਾ ਸਹਿਤ ਜੁੜਨਾ ਕਰੀਏ। ਇਹ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਬੇਅੰਤੀ ਗਲਤੀਆਂ ਹੋਈਆਂ ਗੁਰੂ ਕੇ ਸਿੱਖੋ, ਮਾਫ਼ ਕਰ ਦੇਣਾ, ਕਿਉਂਕਿ ਗੁਰੂ ਕੀ ਬਾਣੀ ਅਗਾਧ ਬੋਧ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਬਖਸ਼ ਲੈਣ ਹੋਈਆਂ ਭੁੱਲਾਂ ਦੀ, ਗਲਤੀਆਂ ਦੀ ਮੁਆਫ਼ੀ ਬਖਸ਼ ਦੇਣ। ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਜੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਜਿਨ੍ਹਾਂ ਨੇ ਤਰੁੱਠ ਕੇ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਬਖਸ਼ਿਸ਼ ਕੀਤਾ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਣ ਦੀ ਖਿਮਾ ਬਖਸ਼ਿਸ਼ ਕਰੋ ਜੀ। ਮੈਂ ਬਾਹੁੜ ਨ ਤ੍ਰਿਸ਼ਨਾ ਭੁੱਖੜੀ ਹੋਰ ਜਾ ਤ੍ਰਿਪਤ ਅਗਾਏ ਜੀਉ, ਜੋ ਗੁਰ ਦੀ ਸਹਿ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿ